ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂ ਵਾਲੀ ਲੈ ਕੇ ਹਾਜ਼ਰਾਂ ਜੀ ਅੱਜ ਦਾ ਮੁੱਦਾ ਇਸ ਪਲੈਟਫਾਰਮ ਦੇ ਉੱਤੇ ਉਹਨਾਂ ਸਾਰੇ ਸਿਆਸੀਆਂ ਮਸਲਿਆਂ ਦੀ ਗੱਲ ਹੁੰਦੀ ਹੈ ਜੋ ਕਿ ਲੰਬੇ ਸਮੇਂ ਤੋਂ ਇੰਟਰਨੈਸ਼ਨਲ ਪੱਧਰ ਤੇ ਆਵਾਜ਼ ਬਣੇ ਹੋਏ ਹਨ ਔਰ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਉੱਤੇ ਵਿਚਾਰ ਕੀਤਾ ਜਾ ਸਕੇ ਕਈ ਸਾਰੀ ਖਬਰਾਂ ਤਾਂ ਵੈਸੇ ਪੰਜਾਬ ਤੋਂ ਤੇ ਵਕ ਵਕ ਭਾਰਤ ਦੇ ਸੂਬਿਆਂ ਤੋਂ ਆ ਰਹੀ ਹੈ ਲੇਕਿਨ ਜਿਹੜੀ ਅਹਿਮ ਸਭ ਤੋਂ ਵੱਡਾ ਵਿਸ਼ਾ ਹਾਲ ਫਿਲਾਲ ਦੇ ਵਿੱਚ ਜਿਹੜਾ ਹੌਣ ਵਾਲੇ ਸਮੇਂ ਦੇ ਵਿੱਚ ਰਹੇਗਾ ਉਸ ਦੇ ਉੱਤੇ ਅੱਜ ਅਸੀਂ ਵਿਚਾਰ ਕਰਾਂਗੇ ਉਹ ਹੈਗਾ ਜੀ ਅਮਰੀਕਾ ਦੇ ਰਾਸ਼ਪਤੀ ਡੋਨਲਡ ਟਰੰਪ ਦੀ ਭਾਰਤ ਫੇਰੀ 24 ਫਰਵਰੀ ਨੂੰ ਡੋਨਲਡ ਟਰੰਪ ਭਾਰਤ ਪਹੁੰਚਣਗੇ ਖਾਸ ਇੰਤਜ਼ਾਮ ਭਾਰਤ ਵੱਲੋਂ ਕੀਤਾ ਗਿਆ ਹੈ ਉਹ ਸਭ ਤੋਂ ਪਹਿਲਾਂ ਗੁਜਰਾਤ ਅਹਮਦਾਬਾਦ ਪਹੁੰਚਣਗੇ ਜਿੱਥੇ ਉਹ ਸਾਬਰਮਤੀ ਆਸ਼ਰਮ ਜਾਣਗੇ ਤੇ ਉਹਨਾਂ ਦੇ ਕਈ ਸਾਰੇ ਹੋਰ ਵੀ ਪਲਾਨਸ ਹਨ ਉਸ ਤੋਂ ਬਾਅਦ ਉਹ ਤਾਜ ਮਹਿਲ ਵੀ ਜਾਣਗੇ ਤਾ ਇਹ ਖਿਆਸ ਲਗਾਈ ਜਾ ਰਹੇ ਹਨ ਕਿ ਡੋਨਲਡ 트ੰਪ ਤਾਂ ਜਾ ਰਹੇ ਹਨ ਭਾਰਤ ਲੇਕਿਨ ਕੀ ਕੁਝ ਸੁਨੇਹਾ ਔਰ ਕੀ ਕੁਝ ਪ੍ਰਵਾਸੀ ਭਾਰਤੀਆਂ ਦੀ ਆਵਾਜ਼ ਲੈ ਕੇ ਡੋਨਲਡ 트ੰਪ ਮੁਖਾਤਬ ਹੋਣਗੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹਾਲ ਫਿਲਾਲ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ ਤੇ ਆਏ ਸੀਗੇ ਜਿੱਥੇ ਉਹਨਾਂ ਦੀ ਖਾਸ ਮੁਲਾਕਾਤ ਡੋਨਲਡ 트ੰਪ ਦੇ ਨਾਲ ਹੋਈ ਸਿਆਸੀ ਗਲਿਆਰਿਆਂ ਦੇ ਵਿੱਚ ਅਤੇ ਮੀਡੀਆ ਦੇ ਬਾਜ਼ਾਰ ਦੇ ਵਿੱਚ ਅਫਵਾਹਾਂ ਇਹ ਵੀ ਗਰਮ ਹਨ ਕਿ ਦੋਸਤੀ ਹੈ ਨਾ ਦੀ ਸ਼ੋਲੇ ਦੀ ਮੂਵੀ ਮੈਨੂੰ ਯਾਦ ਆਂਦੀ ਹੈ ਜੈ ਔਰ ਵੀਰੂ ਵਾਂਗ ਹੈ ਲੇਕਿਨ ਇਸ ਦੋਸਤੀ ਦੇ ਵਿੱਚ ਆਖਿਰਕਾਰ ਸਭ ਤੋਂ ਵੱਡੀ ਗੱਲ ਕੀ ਹੈਗੀ ਹੈ ਕਿਉਂ ਦੋਸਤੀ ਐ ਇੰਨੀ ਡੂੰਗੀ ਹੈ ਔਰ ਇੰਨੀ ਗਹਿਰੀ ਹੈ ਸਵਾਲ ਅੱਜ ਇਸ ਮੰਚ ਦੇ ਉੱਤੇ ਉਠਾਏ ਜਾ ਰਹੇ ਹਨ ਕਿ ਅਮਰੀਕਾ ਫੇਰੀ ਤੇ ਜਦ ਨਰਿੰਦਰ ਮੋਦੀ ਆਏ ਸੀਗੇ ਤਾਂ ਉਹ ਪ੍ਰਵਾਸੀ ਭਾਰਤੀਆਂ ਲਈ ਯਾਨੀ ਕਿ ਸਾਡੇ ਐਨਆਰਆਈ ਭਰਾਵਾਂ ਲਈ ਕੀ ਲੈ ਕੇ ਆਏ ਸੀਗੇ ਸੂਗਾਤ ਜਾਂ ਫਿਰ ਕੀ ਦੇ ਕੇ ਗਏ ਸੀਗੇ ਹੁਣ ਡੋਨਲਡ ਟਰੰਪ ਭਾਰਤ ਜਾ ਰਹੇ ਨੇ ਉਹ ਕੀ ਕੁਝ ਸੂਗਾਤ ਭਾਰਤ ਲਈ ਲੈ ਕੇ ਜਾਣਗੇ ਇੱਕ ਵੱਡਾ ਸਵਾਲ ਬਣਦਾ ਹੈ ਸਵਾਲ ਇੱਥੇ ਇਹ ਵੀ ਬਣਦਾ ਕਿ ਜਦ ਅਸੀਂ ਸਿੱਖਾਂ ਦੇ ਮਸਲਿਆਂ ਦੀ ਗੱਲ ਕਰਦੇ ਹਾਂ ਕਿ ਕੀ ਅੱਜ ਡੋਨਲਡ ਟਰੰਪ ਨੂੰ ਸਿੱਖਾਂ ਦੇ ਮਸਲਿਆਂ ਦੇ ਬਾਰੇ ਜਾਣਕਾਰੀ ਹੈ ਕਿ ਅੱਜ ਅਮਰੀਕਾ ਦੇ ਵਿੱਚ ਵੱਖ-ਵੱਖ ਆਰਗੇਨਾਈਜੇਸ਼ਨਸ ਜਿਹੜੀ ਕਿ ਕਹਿੰਦੀ ਹੈ ਕਿ ਮੇਨਸਟ੍ਰੀਮ ਪੋਲਿਟਿਕਸ ਦੇ ਵਿੱਚ ਸਾਨੂੰ ਜਾਣਾ ਚਾਹੀਦਾ ਹੈ ਕਈ ਸਾਰੇ ਉਹ ਵੀ ادارے ਹਨ ਜੋ ਕਿ ਗੱਲ ਅਮਰੀਕਾ ਦੇ ਵਿੱਚ ਰੱਖ ਕੇ ਅਮਰੀਕਾ ਦੀ ਕਰਦੇ ਹਨ ਔਰ ਇੰਤਜ਼ਾਰ ਕਰਦੇ ਹਨ ਕਿ ਜਿਹੜੇ ਪੋਲਿਟਿਸ਼ੀਅਨਸ ਹਨ ਉਹਨਾਂ ਨੂੰ ਸਾਡੇ ਮਸਲਿਆਂ ਦੇ ਬਾਰੇ ਪਤਾ ਚੱਲ ਸਕੇ ਮੈਂ ਇਸ ਗੱਲ ਨੂੰ ਜ਼ਰੂਰ ਕਹਾਂਗਾ ਕਿ ਕਈ ਸਾਰੀ ਆਰਗੇਨਾਈਜੇਸ਼ਨਸ ਕਾਮਯਾਬ ਵੀ ਹੋਈ ਹੈ ਔਰ ਆਪਣੀ ਗੱਲ ਕਹਿਣ ਦੇ ਵਿੱਚ ਵਕ-ਵਕ ਪਲੈਟਫਾਰਮਾਂ ਦੇ ਉੱਤੇ ਉਹਨਾਂ ਨੇ ਕਈ ਸਾਰੇ ਪੋਲੀਟਿਸ਼ੀਅਨਸ ਨੂੰ ਸੱਦਾ ਵੀ ਦਿੱਤਾ ਔਰ ਅਮਰੀਕਨ ਪੋਲੀਟਿਸ਼ੀਅਨਸ ਬਕਾਇਦਾ ਤੌਰ ਦੇ ਉੱਤੇ ਡੋਨਲਡ ਟਰੰਪ ਗਵਰਨਮੈਂਟ ਤੋਂ ਕਈ ਸਾਰੇ ਰਿਪਰੈਜ਼ੈਂਟੇਟਿਵਸ ਵਕ-ਵਕ ਪਲੈਟਫਾਰਮਾਂ ਦੇ ਉੱਤੇ ਆ ਕੇ ਆਪਣੀ ਗੱਲ ਵੀ ਔਰ ਹਮਾਇਤ ਵੀ ਸਿੱਖਾਂ ਦੀ ਕਰਕੇ ਗਏ ਨੇ ਪਰ ਹਮਾਇਤ ਕਰਨ ਦੇ ਨਾਲ ਅਸੀਂ ਉਹਨਾਂ ਨੂੰ ਐਂਡੋਸ ਕਰਦੇ ਹਾਂ ਔਰ ਬਿਲਕੁਲ ਐਨਡੋਰਸ ਸਾਨੂੰ ਕਰਨਾ ਵੀ ਚਾਹੀਦਾ ਕਿਉਂਕਿ ਸਾਨੂੰ ਜ਼ਰੂਰਤ ਹੈਗੀ ਹੈ ਜਿਸ ਮੁਲਕ ਦੇ ਵਿੱਚ ਅਸੀਂ ਰਹਨੇ ਆ ਇਸ ਮੁਲਕ ਦੇ ਵਿੱਚ ਰਹਿ ਕੇ ਸਾਨੂੰ ਉਹਨਾਂ ਸਾਰੇ ਪੋਲੀਟੀਸ਼ੀਅਨਸ ਦੇ ਨਾਲ ਗੱਲ ਵੀ ਕਰਨੀ ਚਾਹੀਦੀ ਹੈ ਇਹਦੇ ਵਿੱਚ ਕੋਈ ਵੀ ਦੁਰਾਵਾਂ ਨਹੀਂ ਲੇਕਿਨ ਗੱਲ ਇੱਥੇ ਐ ਬਣਦੀ ਹੈ ਕਿ ਕੀ ਅਸੀਂ ਕਾਮਯਾਬ ਹੁੰਦੇ ਹਾਂ ਉਹਨਾਂ ਨੂੰ ਆਪਣੀ ਗੱਲ ਦੱਸਣ ਦੇ ਵਿੱਚ ਕੀ ਉਹ ਬਕਾਇਦਾ ਜਾ ਕੇ ਗੱਲ ਡੋਨਲਡ 트럼ਪ ਨੂੰ ਦੱਸਦੇ ਹਨ ਕਿ ਹਾਂ ਦੇਖੋ ਸਿੱਖਾਂ ਦੇ ਆ ਮਸਲੇ ਹਨ ਕਿ ਜਦ ਤੁਹਾਡੀ ਮੁਲਾਕਾਤ ਕਦੀ ਵੀ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਹੋਵੇਗੀ ਤਾਂ ਉਹਨਾਂ ਨੂੰ ਇਹ ਜਰੂਰ ਜਰੂਰ ਕਹੇਓ ਕਿ ਸਾਡੇ ਜਿਹੜੇ ਸਿੱਖ ਨੇ ਜਿਹੜੇ ਕਿ ਸਾਡੇ ਯੂਐਸ ਦੇ ਟੈਕਸ ਪੇਅਰ ਹਨ ਜੋ ਕਿ ਮੈਨੂੰ ਵੋਟ ਦਿੰਦੇ ਹਨ ਯਾਨੀ ਕਿ 트럼ਪ ਨੂੰ ਵੋਟ ਦਿੰਦੇ ਹਨ ਉਹ ਤੁਹਾਡੇ ਤੋਂ ਨਾਰਾਜ਼ ਚੱਲ ਰਹੇ ਹਨ ਜਾਂ ਫਿਰ ਉਹਨਾਂ ਦੀਆਂ ਇਹ ਪਰੇਸ਼ਾਨੀਆਂ ਹਨ ਜਾਂ ਫਿਰ ਉਹਨਾਂ ਦੀਆਂ ਇਹ ਸਮੱਸਿਆਵਾਂ ਹਨ ਕਿ ਅਸੀਂ ਕਾਮਯਾਬ ਹੋਏ ਵਾਸ਼ਿੰਗਟਨ ਡੀਸੀ ਵਿਖੇ ਬਕਾਇਦਾ ਤੌਰ ਦੇ ਉਤੇ ਅੱਜ ਧਰਨਾ ਪ੍ਰਦਰਸ਼ਨ ਕੀਤਾ ਗਿਆ। ਅਤੇ ਜਦ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਵਕ ਵਕ ਸਪੀਕਰਸ ਆ ਕੇ ਬੋਲੇ ਕਿ ਉਹ ਧਰਨਾ ਪ੍ਰਦਰਸ਼ਨ ਵਾਈਟ ਹਾਊਸ ਦੇ ਕੰਦਾਂ ਦੇ ਵਿੱਚ ਜਾ ਕੇ ਵਜਿਆ ਜਾਂ ਫਿਰ ਉਹਨਾਂ ਕੰਦਾਂ ਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਡੋਨਲਡ ਟਰੰਪ ਦੇ ਰਹਿੰਦੇ ਹਨ ਜਾਂ ਫਿਰ ਅਗਰ ਡੋਨਲਡ ਟਰੰਪ ਮੌਜੂਦ ਸੀਗੇ ਕਿ ਉਹਨਾਂ ਨੂੰ ਉਹ ਗੱਲ ਪਤਾ ਲੱਗੀ ਕਿ ਜੋ ਅੱਜ ਸਿੱਖਾ ਨੇ ਰੋਸ ਮੁਜ਼ਾਹਰੇ ਵਾਸ਼ਿੰਗਟਨ ਡੀਸੀ ਵਿਖੇ ਕਿਤੇ ਇਸ਼ੂ ਇਸ ਗੱਲ ਦਾ ਹੈਗਾ ਮੁੱਦਾ ਇਸ ਗੱਲ ਦਾ ਹੈਗਾ ਕਿ ਅਸੀਂ ਰੋਸ ਮੁਜ਼ਾਹਰੇ ਤਾਂ ਕਰਦੇ ਹਾਂ ਔਰ ਸਾਨੂੰ ਕਰਨੇ ਵੀ ਚਾਹੀਦੇ ਹਨ ਕਿਉਂਕਿ ਜਿਸ ਕੰਟਰੀ ਦੇ ਵਿੱਚ ਰਹਿੰਦੇ ਆ ਉਹ ਫਰੀडम ਆਫ ਸਪੀਚ ਦੀ ਗੱਲ ਕਰਦੀ ਹੈ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੀ ਹੈ ਸਾਨੂੰ ਕਰਨੇ ਚਾਹੀਦੇ ਹਨ ਪਰ ਕੀ ਅਸੀਂ ਉਹ ਰੋਸ ਮੁਜ਼ਾਹਰੇ ਕਰਕੇ ਜਿਨ੍ਹਾਂ ਨੂੰ ਸੁਣਾਣਾ ਚਾਹੁੰਦੇ ਹਨ ਜਿਨ੍ਹਾਂ ਵੱਲ ਇਹ ਗੱਲ ਪਹੁੰਚਾਉਣਾ ਚਾਹੁੰਦੇ ਹਨ ਕੀ ਅਸੀਂ ਉਹਨਾਂ ਵੱਲ ਪਹੁੰਚਾਉਣ ਦੇ ਵਿੱਚ ਕਾਮਯਾਬ ਹੋ ਰਹੇ ਹਨ ਕਿ ਨਹੀਂ ਹੋ ਰਹੇ ਮਸਲਾ ਇਹ ਹੈਗਾ ਜਿੰਨੀ ਐਂਡੋਰਸਮੈਂਟ ਅਸੀਂ ਕਰਦੇ ਹਾਂ ਜਿੰਨੀ ਫੰਡਰੇਜ਼ਿੰਗ ਅਸੀਂ ਕਰਦੇ ਹਾਂ ਉਹਨਾਂ ਨੂੰ ਸਾਰਾ ਪਤਾ ਹੈ ਕਿ ਇਹ ਉਹ ਕੌਮ ਹੈ ਇਹ ਉਹ ਦਲੇਰ ਕੌਮ ਹੈ ਕਿ ਜਿੰਨੂੰ ਇੱਕ ਵਾਰੀ ਕਹਿਤਾ ਤੇ ਉਹਨੇ ਉਹਨੇ ਪੈਸੇ ਉਹਨੇ ਡਾਲਰ ਟੇਬਲ ਦੇ ਉੱਤੇ ਇਕੱਠੇ ਕਰਕੇ ਦੇਣੇ ਹਨ ਔਰ ਕਰਕੇ ਦੇਂਦੇ ਵੀ ਹਨ ਅਸੀਂ ਕੀ ਅਸੀਂ ਆਪਣੀ ਗੱਲ ਮਨਾਉਣ ਦੇ ਵਿੱਚ ਕਾਮਯਾਬ ਹੁੰਦੇ ਆਂ ਭਾਵੇਂ ਮੈਂ ਕਹਿੰਨਾ ਕਿ ਮਸਲਾ ਅਸੀਂ ਇੰਡੀਆ ਦਾ 2 ਮਿੰਟ ਲਈ ਭੁੱਲ ਜਾਈਏ ਅਸੀਂ ਇੱਥੇ ਦੀ ਗੱਲ ਕਰ ਲਈਏ ਸਾਡੇ ਬੱਚੇ ਇੱਥੇ ਵੱਡੇ ਹੋ ਰਹੇ ਹਨ ਉਹਨਾਂ ਦੀ ਅਪਬ੍ਰਿੰਗ ਇੱਥੇ ਹੋ ਰਹੀ ਹੈ ਕੀ ਅਸੀਂ ਉਹਨਾਂ ਦੇ ਲਈ ਜੌਬਸ ਕ੍ਰੀਏਟ ਕਰ ਪਾ ਰਹੇ ਆਂ ਕੀ ਅਸੀਂ ਆਪਣੀ ਰਿਕਗਨੀਸ਼ਨ ਦੇ ਲਈ ਹੋਰ ਜਿਹੜੇ ਐਮੈਂਡਮੈਂਟਸ ਹੋਣੀ ਚਾਹੀਦੀ ਹੈ ਉਹ ਐਮੈਂਡਮੈਂਟਸ ਹੋ ਰਹੀਆਂ ਹਨ ਕੀ ਡੋਨਲਡ ਟਰੰਪ ਨੂੰ ਸਿੱਖਾਂ ਦੇ ਬਾਰੇ ਪਤਾ ਵੀ ਹੈ ਕਿ ਨਹੀਂ ਕੀ ਡੋਨਲਡ 트ੰਪ ਨੂੰ ਸਿੱਖਾਂ ਦੇ ਮਸਲਿਆਂ ਦੇ ਬਾਰੇ ਪਤਾ ਹੈ ਕਿ ਨਹੀਂ ਕਿ ਆਸ ਰਹੀਆਂ ਐ ਲਾਈਆਂ ਜਾ ਰਹੀਆਂ ਹਨ ਕਿ ਜਿਹੜੇ ਹੁਣ ਨਵੇਂ ਐਮਬੈਸਡਰ ਮਿਸਟਰ ਸੰਦੂ ਆਏ ਹਨ ਵਾਸ਼ਿੰਗਟਨ ਡੀਸੀ ਵਿਖੇ ਇਸ ਕਰਕੇ ਹੀ ਲਿਆਂਦੇ ਗਏ ਹਨ ਕਿ ਉਹ ਜਿਹੜੇ ਇਸ਼ੂਜ਼ ਹਨ ਭਾਵੇਂ ਉਹ ਸਿਰਫ ਸਿੱਖਾਂ ਦੇ ਨਹੀਂ ਭਾਵੇਂ ਜਿਹੜੇ ਅਮਰੀਕਾ ਇੰਡੋ ਅਮਰੀਕਨ ਰਿਲੇਸ਼ਨਸ਼ਿਪ ਦੇ ਵਿੱਚ ਜਿਹੜੀ ਸਭ ਤੋਂ ਵੱਡੀਆਂ ਸਮੱਸਿਆਵਾਂ ਹਨ ਉਹਨੂੰ ਉਹ ਫਿਲ ਕਰ ਸਕਣ ਪਰ ਉਹਦੇ ਵਿੱਚ ਸਿੱਖੀ issues ਸਭ ਤੋਂ ਅਹਿਮ ਰਹਿੰਦੇ ਹਨ ਕਿਉਂਕਿ ਇਹ ਭਾਈਚਾਰਾ ਆਪਣੀ ਗੱਲ ਜਰੂਰ ਕਹਿਣਾ ਚਾਹੁੰਦਾ ਕਿਉਂਕਿ ਅੱਜ ਸੱਤ ਸਮੁੰਦਰ ਪਾਰ ਸਾਨੂੰ ਜਿਹੜਾ ਭਾਰਤ ਦੇ ਵਿੱਚ ਸੰਦਾ ਸੰਤਾਪ ਅਸੀਂ ਹੰਡਾਇਆ ਉਸ ਸੰਤਾਪ ਨੂੰ ਹੰਡਾ ਕੇ ਜਦ ਅਸੀਂ ਇੱਥੇ ਪਹੁੰਚੇ ਔਰ ਜਦ ਅਸੀਂ ਇਸ ਮੁਲਕ ਦੇ ਵਿੱਚ ਜਿੱਥੇ ਸਾਨੂੰ ਆਜ਼ਾਦੀ ਹੈ ਹਰ ਗੱਲ ਕਹਿਣ ਦੀ ਕੀ ਹੈ ਉਹ ਆਰਗੇਨਾਈਜੇਸ਼ਨਸ ਉਸ ਲੈਵਲ ਤੇ ਵੀ ਕੰਮ ਕਰ ਰਹੀਆਂ ਹਨ ਕਿ ਸਿਰਫ ਰੋਸ ਮظاہਰੇ ਕੀਤੇ ਹੱਲਾ ਗੁੱਲਾ ਕੀਤਾ ਫੇਸਬੁੱਕ ਦੇ ਉੱਤੇ ਪਿਕਚਰਾਂ ਪਾਈਆਂ ਔਰ ਘਰ ਆ ਗਏ ਜੈਸੀ ਕਰ ਰਹੀਆਂ ਤੇ ਫਿਰ ਡੋਨਲਡ ਟਰੰਪ ਤੱਕ ਆਵਾਜ਼ ਪਹੁੰਚੀ ਕਿ ਨਹੀਂ ਪਹੁੰਚੀ ਕਿ ਡੋਨਲਡ ਟਰੰਪ ਉਹ ਆਵਾਜ਼ ਨਰਿੰਦਰ ਮੋਦੀ ਤੱਕ ਵੱਲ ਪਹੁੰਚਾਉਣਗੇ ਨਹੀਂ ਪਹੁੰਚਾਉਣਗੇ ਕਿ ਨਰਿੰਦਰ ਮੋਦੀ ਇਹਨਾਂ ਸਾਰੀ ਸਮੱਸਿਆਵਾਂ ਨੂੰ ਸਮਝਣਗੇ ਕਿ ਨਹੀਂ ਸਮਝਣਗੇ ਕਿ ਨਹੀਂ ਵਰਲਡ ਦੇ ਸਭ ਤੋਂ ਪਾਵਰਫੁੱਲ ਕੰਟਰੀ ਦੇ ਸਭ ਤੋਂ ਪਾਵਰਫੁੱਲ ਰਾਸ਼ਟਰਪਤੀ ਨੇ ਮੈਨੂੰ ਇਹ ਗੱਲ ਕਹੀ ਹੈ ਮੈਨੂੰ ਮਨਣੀ ਪੈਣੀ ਹੈ ਕਿ ਅੱਜ ਇੱਕ ਵੀ ਆਰਗੇਨਾਈਜੇਸ਼ਨ ਇਸ ਮੁਲਕ ਦੇ ਵਿੱਚ ਜਿੱਥੇ ਅਸੀਂ ਵੱਡੇ ਪੱਧਰ ਤੇ ਆਪਣੀ ਰਿਕੋਗਨੀਸ਼ਨ ਲਈ ਕੰਮ ਕਰ ਰਹੇ ਹਾਂ ਜਿੱਥੇ ਅਸੀਂ ਨਗਰ ਕੀਰਤਨ ਵੀ ਕੱਢ ਰਹੇ ਹਾਂ ਔਰ ਕੱਢਣੇ ਵੀ ਚਾਹੀਦੇ ਹਨ ਜਿੱਥੇ ਅਸੀਂ ਲੰਗਰ ਵੀ ਲਾ ਰਹੇ ਹਾਂ ਔਰ ਲਾਣੇ ਵੀ ਚਾਹੀਦੇ ਹਨ ਪਰ ਇਹਨਾਂ ਸਾਰੀ ਗੱਲਾਂ ਦੇ ਬਾਵਜੂਦ ਡੋਨਲਡ 트ੰਪ ਜਾਣਦੇ ਹਨ ਕਿ ਸਿੱਖਾਂ ਦੇ 이슈 ਕੀ ਹਨ। ਔਰ ਮੈਂ ਇਹ ਵੀ ਕਹਾਂਗਾ ਕਿ ਸਿੱਖ ਆਖਿਰਕਾਰ ਹੈ ਕੌਣ? ਕਿ ਡੋਨਲਡ 트ੰਪ ਦੀ ਗਵਰਨਮੈਂਟ ਅਤੇ ਡੋਨਲਡ 트ੰਪ ਦੇ ਨਾਲ ਰਹਿੰਦੇ ਰਿਪ੍ਰেজੈਂਟੇਟਿਵਸ ਭਾਵੇਂ ਉਹ ਕਾਂਗਰਸਮੈਨ ਹੋਣ ਭਾਵੇਂ ਉਹ ਸੈਨੇਟਰਸ ਹੋਣ ਅੱਜ ਲੋੜ ਉਹਨਾਂ ਨੂੰ ਦੱਸਣ ਦੀ ਹੈ ਕਿ ਇਹ ਸਾਡੇ ਮਸਲੇ ਹਨ। कि ਜਦ ਡੋਨਲਡ 트ੰਪ ਜਾਣ ਤਾਂ ਉਹ ਗੱਲ ਜ਼ਰੂਰ ਕਰਨ ਪਰ ਕਿ ਆਸ ਅਤੇ ਇਹ ਵੀ ਲਾਇਆ ਜਾ ਰਹੇ ਹਨ ਕਿ ਆਖਿਰਕਾਰ ਇੰਨੀ ਕੀ ਸ਼ੇਤੀ ਹੋ ਗਈ ਸੀ ਕਿ ਡੋਨਲਡ 트ੰਪ ਨੂੰ ਕਿ ਉਹਨਾਂ ਨੇ ਭਾਰਤ ਜਾਣ ਦਾ ਫੈਸਲਾ ਲਿਆ ਸਵਾਲ ਵੱਡੇ ਖੜੇ ਹੋ ਰਹੇ ਸੀਗੇ ਕਿ ਚੋਣ ਆ ਰਹੀ ਹੈ 2020 ਦੇ ਵਿੱਚ ਯਾਨੀ ਕਿ ਇਸ ਸਾਲ ਕਿ ਚੋਣ ਦਾ ਫਾਇਦਾ ਉਹਨਾਂ ਨੂੰ ਹੋਵੇਗਾ ਜਦੋਂ ਭਾਰਤ ਭਰਤ ਕੇ ਵਾਪਸ ਅਮਰੀਕਾ ਆਉਣਗੇ। ਜਾਂ ਫਿਰ ਨਰਿੰਦਰ ਮੋਦੀ ਅਤੇ ਡੋਨਲਡ ਟਰੰਪ ਦੇ ਵਿੱਚ ਰਾਸ਼ਟਰਵਾਦ ਹੈ ਜਾਂ ਫਿਰ ਵਪਾਰਵਾਦ ਹੈ। ਕੀ ਇਹ ਅਸਲੀ ਸੱਚ ਅੱਜ ਇਸ ਦੇ ਉੱਤੇ ਕਰਾਂਗੇ ਮੁੱਦਾ। ਇਹੀ ਹੈ ਅਸਾ ਮੁੱਦਾ ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਡੋਨਲਡ 트ੰਪ ਦੀ ਭਾਰਤ ਫੇਰੀ ਕੀ ਲਿਆ ਰਹੀ ਹੈ ਸਾਡੇ ਲਈ ਜਾਂ ਫਿਰ ਭਾਰਤ ਲਈ ਗੱਲ ਇਥੇ ਸਿਰਫ ਪ੍ਰਵਾਸੀ ਭਾਰਤੀਆਂ ਦੀ ਨਹੀਂ ਬਕਾਇਦਾ ਸਿੱਖ ਡਾਇਸਪੋਰਾ ਦੀ ਯਾਨੀ ਕਿ ਗੱਲ ਸਿੱਖਾਂ ਦੀ ਵੀ ਹੋ ਰਹੀ ਹੈ ਸਾਡੀ ਕੌਮ ਦੀ ਵੀ ਹੋ ਰਹੀ ਹੈ ਕਿ ਅੱਜ ਰੋਜ਼ ਮੁਜ਼ਾਰੇ ਅਸੀਂ ਵਾਈਟ ਹਾਊਸ ਦੇ ਬਾਹਰ ਤਾਂ ਕੀਤੇ ਲੇਕਿਨ ਉਹਨਾਂ ਰੋਜ਼ ਮੁਜ਼ਾਰੇਆਂ ਦਾ ਫਾਇਦਾ ਕੀ ਕਿਹੜੀ ਗੱਲ ਅਸੀਂ ਡੋਨਲਡ 트ੰਪ ਨੂੰ ਕਹਤੀਓ ਕਿਹੜੀ ਗੱਲ ਅਸੀਂ ਮਨਵਾ ਲਈ ਸਵਾਲ ਵੱਡਾ ਇੱਥੇ ਆ ਬਣਦਾ ਵਾਈਟ ਹਾਊਸ ਤੋਂ ਸਪੈਸ਼ਲ ਕੋਰਸਪੋਨਡੈਂਟ ਤਜਿੰਦਰ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ ਤੇ ਬਕਾਇਦਾ ਉਹ ਐਕਟਿਵ ਮੈਂਬਰ ਨੇ ਨੈਸ਼ਨਲ ਪ੍ਰੈਸ ਕਲੱਬ ਵਾਸ਼ਿੰਗਟਨ ਡੀਸੀ ਦੇ ਵੀ ਸਾਡੇ ਨਾਲ ਫੋਨ ਲਾਈਨ ਦੇ ਉੱਤੇ ਮੌਜੂਦ ਨੇ ਤਜਿੰਦਰ ਸਿੰਘ ਜੀ ਮੈਂ ਤੁਹਾਡਾ ਸਵਾਗਤ ਕਰਦਾ ਇਸ ਮੰਚ ਦੇ ਉੱਤੇ ਅੱਛੀ ਗੱਲ ਜੀ ਸਤਿ ਸ਼੍ਰੀ ਅਕਾਲ ਤਜਿੰਦਰ ਜੀ ਮੈਂ ਸਭ ਤੋਂ ਪਹਿਲਾਂ ਸਵਾਲ ਤੁਹਾਡਾ ਓਪਨਿੰਗ ਕਮੈਂਟ ਡੋਨਲਡ ਟਰੰਪ ਦੀ ਪਾਰਟ ਫੇਰੀ ਦੇ ਉੱਤੇ ਲੈਣਾ ਚਾਹਾਂਗਾ ਦੇਖੋ ਡੋਨਲਡ ਟਰੰਪ ਇੰਡੀਆ ਜਾ ਰਹੇ ਨੇ ਇਟਸ ਜਿਹਨੂੰ ਕਿਹਾ ਜਾਵੇ ਕਿ ਇਹ ਮੀਨ ਬਹੁਤ ਹੀ ਬਹੁਤ ਹੀ ਟਾਈਟ ਸ케ਡਿਊਲ ਹੈ 24 ਤਰੀਕ ਉਹਨਾਂ ਨੇ ਉਤਰਨਾ ਵਾ ਤੇ ਉਹਦੇ ਬਾਅਦ ਉਹਨਾਂ ਨੂੰ ਸਿੱਧੇ ਅਹਮਦਾਬਾਦ 10 3.5 ਘੰਟੇ ਦਾ ਟ੍ਰਿਪ ਹੈ ਉਹਨਾਂ ਦਾ ਅਹਮਦਾਬਾਦ ਟੋਟਲ ਉੱਥੇ ਜਿਹੜੀਆਂ ਉਹਦੇ ਬਾਅਦ ਉਹਨਾਂ ਵਾਪਸ ਆ ਜਾਣਾ 5 ਜੀ ਤਰੀਕ ਨੂੰ ਉਹਨਾਂ ਦੀਆਂ ਕੁਝ ਬਿਜ਼ਨਸ ਮੀਟਿੰਗਸ ਜਿਹਦੇ ਵਿੱਚ ਮਿਲਾਨੀਆ ਟਰੰਪ ਤਾਜ ਮਹਿਲ ਵੀ ਦੇਖਣਾ ਚਾਹ ਰਹੀ ਹੈ ਤੇ ਲੈਟਸ ਸੀ ਕਿਉਂਕਿ ਐਸ ਵੇਲੇ ਆਈਸਟ ਰੋਨਲਡ ਟਰੰਪ ਜਦੋਂ ਕੈਲੀਫੋਰਨੀਆ ਗਏ ਹੋਏ ਸਨ ਤੇ ਜਿਹੜੇ ਸਿੱਖ ਭਰਾ ਨੇ ਉਹ ਬੜੇ ਜੋਰ ਸ਼ੋਰ ਨਾਲ ਉੱਤੇ ਸਾਹਮਣੇ ਆਪਣੇ ਨਾਰੇ ਲਗਾ ਰਹੇ ਸਨ

ਹਰ ਸਾਲਾਂ ਦੇ ਲਈ 트럼ਪ ਮੈਨੇ ਕੈਸੀ ਇੱਕੋ ਗੱਲ ਦੇਖ ਰਹੇ ਆ 트럼ਪ 트럼ਪ ਜਿੱਥੇ 트럼ਪ ਦਾ ਇਫ देयर ਇਜ਼ ਕਿਉਂਕਿ ਇਹ ਗੱਲ ਜ਼ਿਆਦਾਤਰ ਸ਼ਾਇਦ শ্রোਤਾ ਨਹੀਂ ਵੀ ਜਾਣਦੇ ਹੋਣਗੇ ਕਿ 트럼ਪ ਦੀ ਕੁੜੀ ਇਵਾਂਕਾ 트럼ਪ ਤੇ ਉਹਦਾ ਮੁੰਡਾ 트럼ਪ ਇਹ ਇੰਡੀਆ ਬੜੇ ਫੇਰੇ ਲਾ ਚੁੱਕੇ ਨੇ ਤੁਸੀਂ ਜੇ ਦੇਖੋ 트럼ਪ ਟਾਵਰ ਕਲਕੱਤਾ ਵੀ ਬਣ ਰਿਹਾ ਵਾ ਹੋਰ ਵੀ ਸ਼ਹਿਰਾਂ 'ਚ ਬਣ ਰਿਹਾ ਜਿਹਦੇ ਬਾਰੇ ਜ਼ਿਆਦਾ ਅਖਬਾਰਾਂ 'ਚ ਨਹੀਂ ਆ ਰਿਹਾ ਜਿਹਦੇ ਵਿੱਚ 트럼ਪ ਫੈਮਿਲੀ ਦਾ 1 ਡਾਲਰ ਵੀ ਨਹੀਂ ਲੱਗਦਾ ਲੇਕਿਨ ਉਹ ਨਾਂ ਦੇ ਕੇ ਉਹਦੇ ਉੱਤੇ ਪੈਸੇ ਬਣ ਰਹੇ ਨੇ so it, it is all about the trump uh, empire right and ਹੁਣ ਉਹਨੂੰ 26 ਜਨਵਰੀ ਤੇ ਉੱਤੇ ਬੁਲਾਇਆ ਗਿਆ ਸੀ ਲੇਕਿਨ ਹੀ ਰਿਫਿਊਜ਼ ਟੂ ਗੋ ਲੇਕਿਨ ਹੁਣ ਜਿਹੜਾ ਵਾ ਉਹ ਜਾ ਰਹੇ ਨੇ ਲੇਕਿਨ ਇਟ ਇਸ ਆਲ ਐਕਸਪੈਂਸ ਪੇਡ ਟ੍ਰਿਪ ਯੂ نو ਐਂਡ ਹੀ ਇਸ ਜਸਟ ਗoing ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਦੇਖਿਓ ਕਿ ਸ਼ਾਇਦ ਜੇਕ افغانستان ਦਾ ਵੀ ਅਨਨਾਨਸ ਟ੍ਰਿਪ ਹੋ ਜਾਏ ਜਾਂ ਪਾਕਿਸਤਾਨ ਦਾ ਟ੍ਰਿਪ ਹੋ ਜਾਏ when he is in the area is always a possibility ਬਿਲਕੁਲ ਇਸ ਗੱਲ ਨੂੰ ਮੰਨਦੇ ਅਸੀਂ ਕਿ ਤੁਸੀਂ ਕਹਿਆ ਕਿ ਇਹ ਜਿਹੜਾ ਫੰਡਸ ਲੱਗਣਗੇ ਜਿੱਥੇ ਅੱਜ ਡੋਨਲਡ 트ਰੰਪ ਉਥੇ ਪਹੁੰਚਣਗੇ ਤਾਂ ਉਹ ਯੂਐਸ ਟੈਕਸ ਪੇਅਰ ਹੀ ਉਸ ਫੰਡਸ ਨੂੰ ਭਰਦਾ ਕਿ ਅੱਜ ਡੋਨਲਡ 트ਰੰਪ ਇਨਾ ਲੈਂਬੋ ਲਸ਼ਕਰ ਲੈ ਕੇ ਪਹੁੰਚਣਗੇ ਭਾਰਤ ਦੇ ਵਿੱਚ ਤਾ ਇਹ ਗਲਬੀ ਜ਼ਰੂਰ ਮੰਨੀ ਪੈਗੀ ਕਿ ਜਦ ਨਰਿੰਦਰ ਮੋਦੀ ਉਥੋਂ ਦੀ ਆਏ ਸੀਗੇ ਤਾਂ ਉਹ ਇੰਡੀਅਨ ਟੈਕਸਪੇਅਰ ਜਿਹੜਾ ਹੈਗਾ ਉਹਦਾ ਫੰਡਸ ਲੱਗਦਾ ਤੇ ਕਹਿਣ ਦਾ ਭਾਵ ਹੈ ਕਿ ਜਦ ਟੈਕਸ ਲੋਕਾਂ ਨੇ ਭਰਨਾ ਆਪਣੇ ਆਪਣੇ ਮੁਲਕਾਂ ਦੇ ਤਾਂ ਫਿਰ ਉਹਨਾਂ ਨੂੰ ਫਾਇਦਾ ਕੀ ਦੇਖੋ ਮੁਲਕਾਂ ਨੇ ਨਹੀਂ ਭਰਨਾ ਜੀ ਥਿਸ ਇਜ਼ ਅ ਥਿਸ ਇਜ਼ ਅ ਮਿਸ ਮਿਸ ਅੰਡਰਸਟੈਂਡਿੰਗ ਜਦੋਂ ਮੋਦੀ ਨੇ ਇੰਡੀਅਨ ਪ੍ਰਾਈਮ ਮਿੰਿਸਟਰ ਮੋਦੀ ਨੇ ਤਾਂ ਦੇ ਨਿਊਯਾਰਕ ਦੇ ਵਿੱਚ ਆਪਣਾ ਫਰਸਟ 2014 15 14 ਦੇ ਵਿੱਚ ਜਿਹੜਾ ਮੈਡੀਸਨ ਸਕੁਆਇਰ ਗਾਰਡਨ ਜਸਿੰਦਰ ਜੀ ਮੇਰਾ ਕਹਿੰਦਾ ਭਾਵੇਂ ਮੁਲਕਾਂ ਦੇ ਵਿੱਚ ਵਸਦੇ ਜਿਹੜੇ ਨਿਵਾਸੀ ਹਨ ਜਿਹੜੇ ਟੈਕਸ ਪੇ ਕਰਦੇ ਹਨ ਪੇ ਤਾਂ ਉਹਨਾਂ ਨੇ ਹੀ ਕੀਤਾ ਉਸ ਤੋਂ ਬਾਅਦ ਐਨੀ ਵੱਡੀ ਵੱਡੀ ਜਿਹੜੀ ਤੁਸੀਂ ਟ੍ਰਿਪਸ ਕਰਦੇ ਹੋ ਨਹੀਂ ਨਹੀਂ ਜਿਹੜਾ ਤੁਸੀਂ ਮੈਡੀਸਨ ਸਕੁਆਇਰ ਗਾਰਡਨ ਹੋਇਆ ਉਹਨੂੰ ਵੀ ਪੇਮੈਂਟ ਫ੍ਰੋਮ ਗਵਰਨਮੈਂਟ ਆਫ ਇੰਡੀਆ ਹੋਈ ਸੀ ਜੀ ਉਹਦੇ ਬਾਅਦ ਜਿਹੜਾ ਹਿਊਸਟਨ ਦੇ ਵਿੱਚ ਹੋਇਆ ਹਾਊ డు ਹਾਊ డు ਮੋਦੀ ਜੀ ਉਹਦੇ ਵੀ ਪੇਮੈਂਟ ਗਵਰਨਮੈਂਟ ਆਫ ਇੰਡੀਆ ਮੀਨਸ ਇੰਡੀਅਨ ਟੈਕਸਪੇਅਰ ਨੇ ਕੀਤੀ ਸੀ ਹੁਣ ਜਿਹੜਾ ਟਰੰਪ ਦਾ ਉੱਥੇ ਹੋ ਰਿਹਾ ਇਹਦੀ ਵੀ ਪੇਮੈਂਟ ਇੰਡੀਅਨ ਟੈਕਸਪੇਅਰ ਦੇ ਰਿਹਾ ਅਮਰੀਕਨ ਟੈਕਸਪੇਅਰ ਨਹੀਂ ਦੇ ਰਿਹਾ ਇਹਦੇ ਵਿੱਚ ਕੋਈ ਵੀ ਚੀਜ਼ ਸੋ ਦੈਟਸ ਅ ਸਮਾਰਟ ਥਿੰਗ ਇਟ ਇਜ਼ ਇਟ ਇਜ਼ ਐਨ ਇਨਵਾਈਟ ਮੈਂ ਇਹਦੇ ਉੱਤੇ ਮੈਂ ਇੱਕ ਦੂਸਰਾ ਇੰਡੀਅਨ ਮੇਨਸਟ੍ਰੀਮ ਚੈਨਲ ਦੇ ਉੱਤੇ ਦੋ ਦਿਨ ਰਾਤ ਨੂੰ ਪਹਿਲਾਂ ਗੱਲ ਹੋਈ ਉਹਦੇ ਬਾਅਦ ਮੈਂ ਦੂਸਰੇ ਦਿਨ ਵਾਈਟ ਹਾਊਸ ਦੇ ਅੰਦਰ ਆਪਣੇ ਪ੍ਰੈਸ ਅ ਅਫੀਸਰ ਨਾਲ ਜਾ ਕੇ ਗੱਲ ਕੀਤੀ ਉਹਨਾਂ ਕਿ ਨੋ ਹੀ ਹੀ ਕੇਮ ਹੇਅਰ ਹੀ ਪੇਡ ਫॉर एवरीथिंग ਇਟ ਵਾਸ ਅਰੇਂਜ ਨਾਊ ਹੀ ਹੈਜ਼ ਆਸਕਡ ਵੀ ਆਰ ਨੋਟ ਪੇਇੰਗ 1 ਡਾਲਰ ਥਿਸ ਇਜ਼ ਐਗਜੈਕਟ ਵਰਡਸ ਓਨ ਬੈਕਗਰਾਉਂਡ ਆਈ ਥਿੰਕ ਥੈਟਸ ਥੈਟਸ ਅ ਸਮਾਰਟ ਥਿੰਗਸ ਐਂਡ ਥੈਟਸ ਅ ਗੁੱਡ ਥਿੰਗ ਫॉर ði ਯੂ ਐਸ ਟੈਕਸ ਪੇਅਰ ਜਿਹੜੇ ਯੈਸ ਇਟ ਇਜ਼ ਇਟ ਇਜ਼ ਵੈਰੀ ਗੁੱਡ ਯਾ ਸਾਡਾ ਟੈਕਸ ਤੋਂ ਬਚਿਆ ਤਾਂ ਅੱਛੀ ਗੱਲ ਹੈ ਅੱਛਾ ਮੈਨੂੰ ਹੁਣ ਤਜਿੰਦਰ ਜੀ ਐ ਦੱਸੋ ਕਿ ਐਤ ਗੱਲ ਹੋ ਗਈ इंडिया अमेरिका रिलेशनशिप दी मोदी वर्सेस ट्रम्प हो गया, Modi, hmm. ट्रम्प गया hmm. या ट्रम्प वर्सेस मोदी व्हाटएवर वी कैन से ਤੁਸੀਂ ਕਿਹਾ ਕਿ ਦਾ ਓਨਲੀ ਨੇਮ ਟਰੰਪ ਇਸ ਗੈਟਿੰਗ ਇੰਪਲੀਮੈਂਟਡ देयर ਕਿਉਂਕਿ ਟਰੰਪ ਕਰਕੇ ਹੀ ਜਿਹੜਾ ਅੱਜ ਹੈਗਾ ਮੋਦੀ ਜੀ ਵੀ ਉਹਨਾਂ ਨੂੰ ਉੱਥੇ ਬੁਲਾ ਰਹੇ ਨੇ ਔਰ ਜਿੱਥੇ ਨਾ ਕਿੱਥੇ ਤਸਵੀਰ ਜਿਹੜੀ ਧੁੰਦਲੀ ਰਾਜਨੀਤੀ ਦੀ ਜਾਂ ਫਿਰ ਵਪਾਰਕ ਤਸਵੀਰ ਅਸੀਂ ਕਹੀਓ ਟਰੰਪ ਟਾਵਰ ਦੀ ਵੀ ਹੋ ਸਕਦੀ ਆ ਚਲੋ ਖੈਰ ਇਹ ਤਾਂ ਹੋਈ ਆਪਸੀ ਸਮਝੋਤੇ ਦੀ ਗੱਲ ਹੁਣ ਜਦ ਮੈਂ ਗੱਲ ਆਪਣੇ ਸਿੱਖ ਡਾਇਸਪੋਰਾ ਦੀ ਕਰ ਲੈਣਾ ਸਿੱਖ ਭਰਾਵਾਂ ਦੀ ਕਰ ਲੈਣਾ ਅੱਜ ਬਕਾਇਦਾ ਤੌਰ ਤੇ ਉਹਤੇ ਵਾਸ਼ਿੰਗਟਨ ਡੀਸੀ ਵਿਖੇ ਰੋਜ਼ ਮਜ਼ਾਹਰੇ ਵੀ ਹੋਏ ਤੇ ਉਹਨਾਂ ਰੋਜ਼ ਮਜ਼ਾਹਰਿਆਂ ਦਾ ਟਰੰਪ ਗਵਰਨਮੈਂਟ ਤੇ ਕੀ ਫਰਕ ਪਿਆ ਦੇਖੋ ਫਰਕ ਤਾਂ ਪੈਂਦਾ ਵਾ ਜੇ ਕੋਈ ਆਵਾਜ਼ ਕਿਤੇ ਤੱਕ ਪਹੁੰਚੇ ਜੇ ਕੋਈ ਜੇ ਜੇ ਕੋਈ ਟ੍ਰੇਨ ਚ ਜਾ ਰਿਹਾ ਵਾ ਜਾਂ ਕੋਈ ਕਿਸੇ ਘਰ ਚ ਰਹਿ ਰਿਹਾ ਤੁਸੀਂ ਉੱਤੋਂ 1 ਮੀਲ ਦੂਰ ਤੇ ਕੋਈ ਵੀ ਆਵਾਜ਼ ਕਰ ਰਿਹਾ ਜੇ ਕੋਈ ਆਵਾਜ਼ आवाज ਪਹੁੰਚਣੀ ਚਾਹੀਦੀ ਆ ਕਿਸੇ ਦੀ आवाज ਕਿਉਂਕਿ ਜਿੱਥੇ ਇਹ ਹੱਲਾ ਹੁੰਦਾ ਇਹ ਰੋਜ਼ ਦਾ ਕੰਮ ਆ ਰੋਜ਼ ਉੱਥੇ ਤੁਸੀਂ ਇੱਕ ਪਾਰਕ ਪੁਲਿਸ ਨੂੰ ਐਪਲੀਕੇਸ਼ਨ ਦੋ ਟਾਈਮ ਦੇ ਦਿਓ ਜੇ ਜਗਾ ਖਾਲੀ ਹੋਊਗੀ ਤਾਂ ਨੂੰ ਉੱਥੇ ਪਰਮਿਸ਼ਨ ਮਿਲ ਜਾਂਦੀ ਆ ਪਰ ਜਿਹੜੀ ਆਰਗੇਨਾਈਜੇਸ਼ਨ ਨੇ ਅੱਜ ਕੀਤਾ ਬਕਾਇਦਾ ਉੱਥੇ ਧਰਨਾ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਮੌਜੂਦ ਸੀਗੇ ਵਾਈਟ ਹਾਊਸ ਦੇ ਵਿੱਚ ਤੇ ਬਕਾਇਦਾ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਤਸਵੀਰਾਂ ਵੀ ਜਨਤਕ ਕੀਤੀਆਂ ਕਾਫੀ ਉਹਨਾਂ ਨੇ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀਗੇ ਪਰ ਮੈਂ ਤੁਹਾਡੇ ਤੋਂ ਜਾਨਣਾ ਚਾਹੁੰਨਾ ਕਿ ਉਸ ਗਿਣਤੀ ਦੇ ਵਿੱਚ ਡੋਨਲਡ ਟਰੰਪ ਦੇ ਉੱਤੇ ਕਿੰਨਾ ਅਸਰ ਪਿਆ ਹੋਵੇਗਾ ਦੇਖੋ ਮੈਂ ਆਮ ਆ ਮੈਂ ਹਾਰਡ ਜਿਹਨੂੰ ਹਾਰਡ ਪਾਸ ਕਹਿੰਦੇ ਆ ਮੈਂ ਹਾਰਡ ਪਾਸ ਹੋਲਡਰ ਆਫ ਦਾ ਵਾਈਟ ਹਾਊਸ ਜੀ ਮੈਂ ਉੱਥੇ ਮੈਨੂੰ ਜਦੋਂ ਖਬਰ ਮਿਲੀ ਸੀ 1 ਵਜੇ ਤੋਂ 3 ਵਜੇ ਤੱਕ ਹੋਣਾ ਸੀ ਮੈਂ ਉੱਥੇ ਪਹਿਲਾਂ ਪਹੁੰਚਿਆ ਉੱਥੇ ਮੇਰਾ ਖਿਆਲ ਜੋਨ ਦਾ ਨਾਮ ਅਰਜੀਤ ਸਿੰਘ ਹੈ ਉਹ ਲੈਕਚਰ ਦੇ ਰਹੇ ਸੀ ਉਹਨਾਂ ਦਾ ਥੋੜਾ ਜਿਹਾ ਮੈਂ ਲਿਖ ਸੁਣਿਆ ਅਬਾਊਟ ਖਾਲਸਤਾਨ ਅਬਾਊਟ ਸਿੱਖਸ ਹਾਉਸ ਆ देयर ਉਹਦੇ ਕੁਝ ਤਸਵੀਰਾਂ ਲੈ ਕੇ ਫਿਰ ਮੈਂ ਅੰਦਰ ਵਾਈਟ ਹਾਊਸ ਅੰਦਰ ਚਲਾ ਗਿਆ ਅੰਦਰ ਜਾ ਕੇ ਮੈਂ ਦੇਖਿਆ ਕਿ ਇੱਥੇ ਤੱਕ ਕੋਈ ਆਵਾਜ਼ ਆ ਰਹੀ ਹੈ ਕਿ ਨਹੀਂ ਮੈਂ ਆਪਣੀ ਟੈਕਨੀਕਲ ਟੀਮ ਨੂੰ ਇੱਕ ਵਾਰੀ ਦਰਖਾਸਤ ਕਰਾਂਗੇ ਉਹ ਤਸਵੀਰਾਂ ਸਾਡੇ ਦਰਸ਼ਕਾਂ ਨੂੰ ਵੀ ਦਿਖਾਉਣ ਦਰਨ ਜਿਹੜਾ ਕਿ ਰੋਜ਼ ਮਜਾਕ ਕੀਤਾ ਗਿਆ ਜੀ ਤਜਿੰਦਰ ਜੀ ਹਾਂ ਜੀ ਉਹਦੇ ਬਾਅਦ ਉੰਦਰੋਂ ਫਿਰ ਮੈਂ ਜਦੋਂ ਮੈਂ ਅੰਦਰ ਜਾ ਕੇ ਮੈਂ ਕਿਹਾ ਮੈਂ ਕਿ ਕੋਈ ਮੈਮੋਰੰਡਮ ਕੋਈ ਹੈ ਕੋਈ ਕਹਿੰਦੇ ਨਹੀਂ ਰਿਹਾ ਯੂ نو ఎవਰੀ ਡੇ ਦ ਪੀਪਲ ਕਮ ਐਂਡ ਸ਼ਾਊਟ देयर ਮੈਂ ਵਾਪਸ ਜਦੋਂ ਬਾਹਰ ਆਇਆ ਅੱਛਾ ਤੁਸੀਂ ਅੰਦਰ ਜਾ ਕੇ ਪੁੱਛਿਆ ਕਿ ਵਾਈਟ ਹਾਊਸ ਦੇ ਵਿੱਚ ਰਿਪਰੈਜ਼ੈਂਟੇਟਿਵਸ ਨੂੰ ਕਿ ਡਿਡ ਯੂ ਰੀਸੀਵ ਐਨੀ ਮੈਮੋਰੰਡਮ ਨਹੀਂ ਬਟ ਇਜ਼ देयर ਐਨੀਥਿੰਗ ਯੂ ਹੈਵ ਬੀਨ ਅਪਰੋਚਡ ਅਬਾਊਟ ਥਿਸ ਪਾਰਟਿਕੂਲਰ ਓਕੇ ਸੋ ਬਟ ਦੇ ਸੈਡ ਦੇ ਸੈਡ ਨੋ ਨੋ ਥੇਰ ਇਜ਼ ਨਾਥਿੰਗ ਓਕੇ ਐਂਡ ਸੋ ਮੈਂ ਫੇਰ ਵਾਪਸ ਆਇਆ ਬਾਅਦ ਜਦੋਂ ਬਾਹਰ ਆ ਕੇ ਫੇਰ ਮੈਂ ਦੇਖਿਆ ਕਿ ਇਹ ਚੱਲਦਾ ਰਿਹਾ ਉਹਦੇ ਵਿੱਚ ਫੇਰ ਇਹ ਤੇ ਹੁਣ ਡਾਈਲੂਟ ਵੀ ਹੋ ਗਿਆ ਕਿਉਂਕਿ ਪਹਿਲਾਂ ਖਾਲਿਸਤਾਨ ਜਿਹੜਾ ਸੀ ਸਿੱਖਾਂ ਦੇ ਬਾਰੇ ਸੀ ਬਾਅਦ ਚ ਐਨਾਉਂਸ ਕੀਤਾ ਗਿਆ ਕਿ ਮੁਸਲਮਾਨ ਵੀ ਹਿੰਦੂ ਵੀ ਫੇਰ ਉਹ ਵੀ ਇਹਨਾਂ ਦੇ ਤੇ ਰੀਫਰੈਂਡਮ 2020 ਤੇ ਵੋਟ ਕਰ ਸਕਦੇ ਸਾਰੇ 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 ਭਾਈਚਾਰੇ ਸ਼ਾਮਿਲ ਹੋ ਸਕਦੇ ਹਨ ਇਸ ਕੋਜ਼ੋਵਿਚ ਤੋਂ ਬਾਅਦ ਉੱਥੇ ਕਸ਼ਮੀਰ ਦੇ ਕੁਝ ਇਸ਼ੂ ਦੇ ਉੱਤੇ ਬੋਲਣ ਲਈ ਕੁਝ ਲੋਕ ਚੜੇ ਐਂਡ ਇੱਕ ਬੜਾ ਸਰਪ੍ਰਾਈਜ਼ ਜਿਹੜਾ ਮੈਨੂੰ ਦੇਖਿਆ ਉਸੇ ਮਿਸਟਰ ਫਾਈ ਜਿਹੜੇ ਕਿ ਫੈਡਰਲ ਕੇਸ ਦੇ ਵਿੱਚ ਜੇਲ ਵੀ ਜਾ ਚੁੱਕੇ ਨੇ ਆਈਐਸ ਆਈਏ ਵੱਲੋਂ ਜਿਨ੍ਹਾਂ ਨੂੰ ਫੰਡਿੰਗ ਹੋਈ ਸੀਗੀ ਹਾਂਜੀ ਹਾਂਜੀ ਉਹ ਤੇ ਉਹ ਉਹਨਾਂ ਨੂੰ ਵੀ ਸਟੇਜ ਦਿੱਤਾ ਗਿਆ ਉਹਨਾਂ ਨੇ ਵੀ ਸਟੇਜ ਤੋਂ ਬੋਲੇ ਉਹ ਸੋ ਇਟ ਵਾਸ ਅ ਕੁਆਇਟ ਐ ਆਈ ਡਿਡ ਨਾਟ ਅੰਡਰ ਮੈਨੂੰ ਇਹ ਗੱਲ ਸਮਝ ਨਹੀਂ ਸੀ ਆ ਰਹੀ ਕਿ ਇਹਦੇ ਸਿੱਖਾਂ ਦਾ ਜਿਹੜਾ ਪੁਆਇੰਟ ਉਹ ਕਿੱਥੇ ਆ ਤੇ ਕਿੱਥੇ ਇਟ ਵਾਸ ਕਨਫਿਊਜ਼ਿੰਗ ਐਜ਼ ਅ ਜਰਨਲਿਸਟ ਟੂ ਰਾਈਟ ਅ ਸਟੋਰ ਉਹਦੇ ਤੇ ਕਹਾਣੀ ਜਿਹੜੀ ਜਿਹੜੀ ਰਿਪੋਰਟ ਲਿਖੀ ਜਾਵੇ ਤੇ ਕੀ ਲਿਖਿਆ ਜਾਵੇ ਉਹ ਮੋਦੀ ਦਾ ਇੱਕ ਉਹਨੂੰ ਫਿਰ ਉੱਥੇ ਲਟਾਤਾ ਸੀ ਸੋ ਇਟ ਵਾਸ ਅ ਲਿਟਲ ਬਿਟ ਫਨੀ ਲੇਕਿਨ ਸਭ ਤੋਂ ਵੱਡੀ ਜਿਹੜੀ ਗੱਲ ਹੁੰਦੀ ਹੈ ਕਿ ਜਿਹੜੇ ਵੀ ਜਿੱਥੇ ਵੀ ਕੋਈ ਇਸ ਤਰ੍ਹਾਂ ਦੇ ਪ੍ਰੋਟੈਸਟ ਹੁੰਦੇ ਆ 글로ਬਲੀ ਉਹ ਦੇ ਕਲਿਮਿਨੇਟ ਉਹਨਾਂ ਦਾ ਐਂਡ ਹੁੰਦਾ ਵਾ ਕਿ ਜਾ ਕੇ ਕਿਸੇ ਨੂੰ ਇੱਕ ਮੈਮੋਰੰਡਮ ਆਫ ਡਿਮਾਂਡਸ ਕੋਈ ਮੈਨੂੰ ਅਜੇ ਤੱਕ ਅੱਜ ਤੱਕ ਇਹ ਗੱਲ ਨਹੀਂ ਪਤਾ ਚੱਲੀ ਹੈ ਕਿ ਕਿਹੜੇ ਡਿਪਾਰਟਮੈਂਟ ਦੇ ਵਿੱਚ ਕਿੱਥੇ ਕੋਈ ਮੈਮੋਰੰਡਮ ਹੁਣ ਇਹ ਜਾ ਰਿਹਾ ਟਰੰਪ ਇਹ ਰੈਲੀ ਦੇ ਨਾਲੋਂ ਜੀ ਉਹਨੂੰ ਇੱਕ ਮੈਮੋਰੰਡਮ ਉਹਨੂੰ ਜੇ ਹੈਂਡਓਵਰ ਕੀਤਾ ਗਿਆ ਹੁੰਦਾ ਕੁਝ ਪੰਜ ਪਿਆਰੇ ਜਿਹੜੇ ਸਿਕਾਂਚ ਕਹਿੰਦੇ ਆ ਪੰਜ ਪਿਆਰੇ ਜਾ ਕੇ ਉਹਨੂੰ ਉਹਨੂੰ ਰਿਕੁਐਸਟ ਕਰਦਾ ਇੱਕ ਡੈਲੀਗੇਸ਼ਨ ਚਲੇ ਜਾਂਦਾ ਜੀ ਉਹ ਹਾਂ ਜੀ ਤੇ 트럼ਪ ਨਾਲ ਵੀ ਮਿਲਦਾ ਉਹਦਾ ਕੋਈ ਆਫੀਸ਼ੀਅਲ ਡੈਫੀਨਿਟਲੀ ਮਿਲਦਾ ਯੂ ਨੋ ਤੇ ਤਰुण ਲੱਗਦਾ ਕਿ ਇਸ ਆਰਗੇਨਾਈਜੇਸ਼ਨ ਨੇ ਜਾਂ ਫਿਰ ਜਿਹੜੇ ਵੀ ਰਿਪ੍ਰੈਜ਼ੈਂਟੇਟਿਵ ਉੱਥੇ ਪਹੁੰਚੇ ਸੀਗੇ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਹੋਣੀ ਉਹ ਉਹ ਤੇ ਉਹ ਜਾਣਨ ਲੇਕਿਨ ਮੈਂ ਜੋ ਐਜ਼ ਅ ਰਿਪੋਰਟਰ ਮੇਰਾ ਮੇਰਾ ਕੰਮ ਕੀਆ ਤੂੰ ਦੇਖਣਾ ਤੇ ਤੇ ਆਵਾਮ ਤੱਕ ਜਨਤਾ ਤੱਕ ਉਸ ਨੂੰ ਪਹੁੰਚਾਉਣਾ ਜੀ ਮੈਂ ਅੱਜ ਇਹ ਗੱਲ ਪਹੁੰਚਾ ਸਕਦਾ ਵਾਂ ਕਿ ਮੈਂ ਨਹੀਂ ਇਹ ਗੱਲ ਮੈਨੂੰ ਮੇਰੀ ਕਿਉਂਕਿ ਮੈਂ ਅੰਦਰ ਵੀ ਪੁੱਛ ਲਿਆ ਕਿਉਂਕਿ ਜੇ ਪਹੁੰਚੂਗਾ ਤੇ ਉੱਥੇ ਹੀ ਪਹੁੰਚਣਾ ਆਈ ਹੈਵ ਵੈਰੀ ਗੁੱਡ ਰਿਲੇਸ਼ਨਸ ਵਿਦ ਦ ਵਾਈਟ ਹਾਊਸ ਪ੍ਰੈਸ ਪੀਪਲ ਐਂਡ ਏਵਰੀਬਾਡੀ ਓਕੇ ਦੇ ਨੋ ਨਾਥਿੰਗ ਓਕੇ ਸੋ ਸੋ ਦੈਟ ਦੈਟ ਇਜ਼ ਦ ਇਟ ਫਿਨਿਸ਼ਸ ਉਹ ਜਿਹੜਾ ਨਾ ਸੀ ਉਹ ਲਾ ਮੇਕਰ ਦੇ ਕੋਲ that is that's not trump is going the white house ਅੱਛਾ ਡੋਨਲਡ 트럼ਪ ਮੌਜੂਦ ਸੀ ਕਿ ਜਦ ਅੱਜ ਬਕਾਇਦਾ ਰੋਸ ਮਜਾਇਰਾ ਕੀਤੇ ਗਏ ਨਹੀਂ ਜੀ ਉਹ ਨਹੀਂ ਜੀ ਅੱਜ ਕੱਲ ਰਾਤ ਤੋਂ ਸਾਨੂੰ ਪਤਾ ਸੀ ਕਿ ਉਹ ਕਿਉਂਕਿ ਸਾਨੂੰ ਅੱਜ ਹੁਣ ਜਤਨਾ ਅੱਜ ਰਾਤ ਨੂੰ ਆ ਜਾਂਦੀ ਹੈ ਕਿ ਕੱਲ ਦਿਨ ਪਰ ਦਾ ਪ੍ਰੋਗਰਾਮ ਕੀ ਹੈ ਤੇ ਅੱਜ ਉਹਨਾਂ ਨੇ ਕੈਲੀਫੋਰਨੀਆ ਜਾਣਾ ਸੀ ਉਹਦੇ ਬਾਅਦ ਪੂਰਾ ਡਿਟੇਲ ਪ੍ਰੋਗਰਾਮ ਸਾਡੇ ਕੋਲ ਹੁੰਦਾ ਹੀ ਵਾਸ ਨਾਟ ਪ੍ਰੈਸੈਂਟ ਟੂਡੇ ਇਨ ਦਾ ਵਾਈਟ ਹਾਊਸ ਸੋ ਫਿਰ ਜਿਹੜਾ ਅੱਜ ਰੋਜ਼ਮਜ਼ਾਰਾ ਹੋਇਆ ਉਹਦਾ ਕੋਈ ਵੀ ਜਿਹੜਾ ਹੈਗਾ ਆ ਇਨ ਫਿਊਚਰ ਬੈਨੀਫਿਟ ਕਮਿਊਨਿਟੀ ਨੂੰ ਨਹੀਂ ਹੋ ਸਕਦਾ ਯਾਨੀ ਕਿ ਕਿੱਥੋਂ ਹੋਏਗਾ ਜਦ ਅਵਾਜ਼ ਪਹਿਲਾਂ ਤਾਂ ਯੂ ਹੈਵ ਟੂ ਰੀਚ ਡੋਨਲਡ ਟਰੰਪ ਨੂੰ ਅਵਾਜ਼ ਗਈ ਹੈ ਕਿੱਥੋਂ ਗਈ ਹੈ ਫੇਸਬੁੱਕ ਤੋਂ ਗਈ ਹੈ ਤੁਸੀਂ ਮੈਨੂੰ ਤੁਸੀਂ ਇਹ ਗੱਲ ਕਿਸੇ ਵੀ ਨਾਰਮਲ ਸਕੂਲ ਜਾਂਦੇ ਬੱਚੇ ਨੂੰ ਵੀ ਪੁੱਛੋ ਕਿ ਭਈ ਤੈਨੂੰ ਪਤਾ ਫੇਸਬੁਕ ਦੇ ਉੱਤੇ ਜੋ ਕਿ ਡੋਨਲਡ ਟਰੰਪ ਫੇਸਬੁਕ ਤੇ ਦੇ ਜਾ ਕੇ ਬੈਠਾ ਹੁੰਦਾ ਹਮ ਹਮ ਜਸਟ ਥਿੰਕ ਅਬਾਊਟ ਇਟ ਹੀ ਇਜ਼ ਦਾ ਪ੍ਰੈਜ਼ੀਡੈਂਟ ਆਫ ਦਾ ਹੀ ਵਾਸ ਐਂਡ ਹੀ ਵਾਸ ਨੋਟ देयर ਟੂਡੇ ਓਕੇ 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 ਤਰਜੰਦਰ ਜੀ ਕੈਨ ਯੂ lets me know ਇੱਕ ਮੈਨੂੰ ਗੱਲ ਹੋਰ ਵੀ ਦੱਸੋਗੇ ਅੱਜ ਤੱਕ ਕਿਹੜੇ ਇਸ਼ੂਜ਼ ਦੇ ਉੱਤੇ ਡੋਨਲਡ ਟਰੰਪ ਨੇ ਆਪਣੇ ਬਿਆਨ ਕਮਿਊਨਿਟੀ ਲਈ ਯਾਨੀ ਕਿ ਸਿੱਖ ਭਰਾਵਾਂ ਵੱਲੋਂ ਜਨਤਕ ਕੀਤੇ ਹੋਣ ਉਹ ਅੱਜ ਤੱਕ ਜੋ ਵੀ ਗੱਲ ਉਹਦੀ ਇੰਡੀਆ ਦੇ ਉੱਤੇ ਆਈ ਹੈ ਉਹ ਜਦੋਂ Um, Pakistani uh, Prime Minister Imran Khan mm. dia. Imran Khan anu, uh, you know mm, uh, delanda, wow. and he comes up with Kashmir. Huh. Only on the only word Donald Trump knows about in that area is Kashmir. That and every time he says, let uh, let me be a deal maker. Let me intervene. Let me. He wants maybe if I can make him, maybe I'll get a, a Nobel Peace Prize. Hmm. Hmm. That, that is that kind of a thinking. He, he doesn't have anything to do with what is going on hmm. in in uh, for Sikhs. Sikhs hmm. are uh, supposed to be are good uh, uh, rich uh, people. Who Does have... he know about Khalistan? I personally, hmm. I have not asked him, hmm. but I don't think so. Okay, can you, uh, we just want you to ask sometimes whenever you gonna uh, be available there. Can you ask him about Khalistan? The, the people down in the in the his his people, Jade, Unade through Minujadi unofficially of the record. Mm. No, he doesn't know anything. He knows he he loves. Look, one thing which you uh, remember, mm. he loves big crowds. Mm. That's why he loves that crowd. Mm. That's why that day when he was uh, telling uh, some journalists about his India trip, mm. he said Modi has promised Modi promised him. Uh, hundreds of thousands of people hmm. you know so he, he is excited to be facing thousands of people and uh, the what happened in how the uh, modi in uh, houston so it's a vaisa varsa so, you can say a uh, program ki oh othoni modi ithe aunde han hazara di ginti de vich log khatte hunde han jappi bande han aur deal aapas de vich jehdi sign sirf uh, ek business deal hi main khavanga othe hundi hai ਤੇ ਫਿਰ ਦੋਵੇਂ ਮੁਲਕਾਂ ਦੇ ਲਈ ਕੁਝ ਨਹੀਂ ਦੋਵੇਂ ਮੁਲਕਾਂ ਦੇ ਲੋਕਾਂ ਦੇ ਲਈ ਪ੍ਰਵਾਸੀ ਘਾਟੇ ਲਈ ਕੋਈ ਨਹੀਂ 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 ਹਾਂ ਤੁਸੀਂ ਬਿਜ਼ਨਸ ਡੀਲ ਦਾ ਨਾਮ ਲਿਆ ਐਸ ਤੱਕ ਕਿਹੜੀ ਬਿਜ਼ਨਸ ਡੀਲ ਹੋਈ ਹੈ ਜਦੋਂ UN ਦਾ UN ਜਰਨਲਿਸਟ I am talking about ए, Trump's personal no, no, business no, deal ਨਹੀਂ 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 UN ਜਰਨਲ ਅਸੈਂਬਲੀ ਦੇ ਬਲੇ ਪਿਊਸ਼ ਗੋਇਲ ਵੀ ਆਏ ਸੀ ਕਿ ਉਹ ਹੀ ਇਜ਼ ਹੇਅਰ ਐਂਡ ਥੇਅਰ ਇਜ਼ ਗੋਇੰ ਟੂ ਬੀ ਅ ਬਿਜ਼ਨਸ ਡੀਲ ਥੇਅਰ ਵਾਸ ਨੋ ਡੀਲ ਫਿਰ ਉਹਦੇ ਬਾਅਦ 트럼ਪ ਨੇ ਵੀ ਕਹਤਾ ਸੀ ਕਿ ਵੀ ਵਿਲ ਹੈਵ ਅ ਸਮਾਲ ਡੀਲ ਐਂਡ ਲੇਟਰ ਅ 빅 ਡੀਲ ਵੈਨ ਹੀ ਵਾਸ ਗੋਇੰ ਟੂ ਮੀਟ modi on the sidelines hmm. nothing happened hmm. how did uh, modi in houston they hmm. said there is going to be a deal nothing happened hmm. now again they are talking about deal hmm. and one thing which has not been talked about. us trade represent us tr uh, who is the deal maker of, i think they will just i think tejender ji they will just share a meal will there will not be any kind of deal uh, tusi mere naal bade raho no, tejender ji main filhal ek break leye the ruk jao jab break to baad wapis aawanga ਆਪਾਂ ਇਸ ਚਰਚਾ ਨੂੰ ਜਾਰੀ ਰੱਖਦੇ ਹਾਂ ਮਿਲਦੇ ਆ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਸਵਾਗਤ ਹੈ ਗੱਲ ਅਥੇ ਡੋਨਲਡ 트ੰਪ ਅਤੇ ਨਰੇਂਦਰ ਮੋਦੀ ਦੇ ਬਾਰੇ ਹੋ ਰਹੀ ਹੈ ਡੋਨਲਡ 트ੰਪ ਦੀ ਭਾਰਤ ਫੇਰੀ ਹੈਗੀ ਹੈ 24 ਫਰਵਰੀ ਨੂੰ ਡੋਨਲਡ 트ੰਪ ਬਕਾਇਦਾ ਪਹੁੰਚਣਗੇ ਭਾਰਤ ਦੇ ਵਿੱਚ ਔਰ ਅਹਮਦਾਬਾਦ ਦੇ ਵਿੱਚ ਉਹਨਾਂ ਦਾ ਪਹਿਲਾ ਸਟੇਸ਼ਨ ਹੈਗਾ ਜਿੱਥੇ ਉਹ ਸਾਬਰਮਤੀ ਆਸ਼ਰਮ ਜਾਣਗੇ ਹਾਲ ਫਿਲਹਾਲ ਦੇ ਵਿੱਚ ਜਿਵੇਂ ਅਸੀਂ ਤੁਹਾਨੂੰ ਦੱਸ ਰਹੇ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਬਕਾਇਦਾ ਤੌਰ ਦੇ ਉੱਤੇ ਅਮਰੀਕਾ ਪਹੁੰਚੇ ਸੀਗੇ ਨਿਊਯਾਰਕ ਦੇ ਵਿੱਚ ਜਿੱਥੇ ਉਹਨਾਂ ਨੇ ਪ੍ਰੋਗਰਾਮ ਕੀਤਾ ਤੇ ਉੱਥੇ ਹਾਊ ਡੀ ਮੋਦੀ ਵੀ ਪ੍ਰੋਗਰਾਮ ਹੋਇਆ ਕਈ ਸਾਰੇ ਡੈਲੀਗੇਸ਼ਨਸ ਜਿਹੜੇ ਨੇ ਬਕਾਇਦਾ ਇੱਕ ਸਿੱਖ ਡੈਲੀਗੇਸ਼ਨ ਜਦ ਨਰਿੰਦਰ ਮੋਦੀ ਨੂੰ ਮਿਲਦਾ ਤੇ ਉਹਨਾਂ ਨੇ ਕਈ ਸਾਰੇ ਸਿੱਖ ਟਾਈਸਪੋਰਾਂ ਦੇ ਇਸ਼ੂਸ ਜੋ ਕਿ ਅਸੀਂ ਫੇਸ ਕਰ ਰਹੇ ਹਾਂ ਇਸ ਕੰਟਰੀ ਦੇ ਵਿੱਚ ਔਰ ਚਾਹੁੰਦੇ ਹਨ ਕਿ ਉਹਨਾਂ ਦਾ ਨਿਪਟਾਰਾ ਭਾਰਤ ਦੇ ਵਿੱਚ ਹੋ ਸਕੇ ਫੇਸ ਇਨਦਰਸੈਂਸ ਕਿ ਜਿਹੜੇ ਲੰਬੇ ਸਮੇਂ ਤੋਂ ਜਨਾ ਇਸ਼ੂਸ ਜੇ ਹੁੰਦੇ ਅਸੀਂ ਰੋਜ਼ ਮੁਜਾਦੇ ਕਰ ਰਹੇ ਹਾਂ ਜਿਹੜੇ ਇਸ਼ੂਜ਼ ਹਜੇ ਤੱਕ ਪੈਂਡਿੰਗ ਹਨ ਜਿਨ੍ਹਾਂ ਵਿੱਚ ਕਾਲੀ ਸੂਚੀ ਦਾ ਸਭ ਤੋਂ ਵੱਡਾ ਇਸ਼ੂ ਸੀਗਾ ਬੰਦੀ ਸਿੰਘਾਂ ਦਾ ਇਸ਼ੂ ਸੀਗਾ 1984 ਸਿੱਖ ਜੈਨੋਸਾਈਡ ਨੂੰ ਲੈ ਕੇ ਵੱਡੇ ਇਸ਼ੂ ਸੀਗੇ ਪੰਜਾਬ ਦੇ ਵਿੱਚ ਝੂਠੇ ਮੁਕਾਬਲੇ ਜਿਹੜੇ ਹੋਏ ਤਾਂ तमाम ਜਿਹੜੇ ਇਸ਼ੂਜ਼ ਨੇ ਜਿਸ ਕੰਟਰੀ ਦੇ ਵਿੱਚ ਅਸੀਂ ਰਹਿ ਕੇ ਅੱਜ ਫਰੀडम ਆਫ ਐਕਸਪ੍ਰੈਸ਼ਨ ਦੀ ਔਰ ਸਪੀਚ ਦੀ ਗੱਲ ਕਰਦੇ ਹਾਂ ਔਰ ਜਦ ਅਸੀਂ डेलीगेशन बनाके वफद बनाके प्रधानमंत्री मोदी ਨੂੰ ਮਿਲਦੇ ਵੀ ਆਂ प्रधानमंत्री मोदी ਬਕਾਇਦਾ ਵਾਦਾ ਵੀ ਕਰਕੇ ਜਾਂਦੇ ਹਨ ਕਿ ਮੈਂ ਬਹੁਤ ਵੱਡਾ ਐਲਾਨ ਵੀ ਕਰਾਂਗਾ ਲੇਕਿਨ ਉਹ ਵਾਦੇ ਜਿਹੜੇ ਨੇ ਕਿਤੇ ਵਿੱਚ ਵਿੱਚ ਆਲੇ ਰਹਿ ਜਾਂਦੇ ਹਨ ਔਰ ਉਹ ਬਕਾਇਦਾ ਇਸ ਦੇਸ਼ ਦੇ ਰਾਸ਼ਟਰਪਤੀ ਡੋਨਲਡ 트ਰੰਪ ਤੱਕ ਨਹੀਂ ਪਹੁੰਚਦੇ ਔਰ ਬਕਾਇਦਾ ਅੱਜ ਵੀ ਉੱਥੇ ਰੋਜ਼ ਮੁਜ਼ਾਰੇ ਕੀਤੇ ਗਏ ਲੇਕਿਨ ਉਹਨਾਂ ਰੋਜ਼ ਮੁਜ਼ਾਰਾਿਆਂ ਦਾ ਫਾਇਦਾ ਕੀ ਜਦ 트ਰੰਪ ਗਵਰਨਮੈਂਟ ਨੂੰ ਹੀ ਸਿੱਖ ਇਸ਼ੂਜ਼ ਦੇ ਬਾਰੇ ਨਹੀਂ ਪਤਾ ਤੇ ਕੋਣ ਇਹਨਾ ਇਹ ਚੀਜ਼ ਨੂੰ ਦੱਸੇਗਾ ਔਰ ਕਿਵੇਂ ਦੱਸ ਸਕਦੇ ਆ ਇਹਦਾ ਕੀ ਇੱਕ ਰੋਡ ਮੈਪ ਸਾਨੂੰ ਤਿਆਰ ਕਰਨਾ ਚਾਹੀਦਾ ਤਜਿੰਦਰ ਸਿੰਘ ਜੀ ਵਾਈਟ ਹਾਊਸ ਤੋਂ ਸਪੈਸ਼ਲ ਕੋਰਸਪੋਨਡੈਂਟ ਸਾਡੇ ਨਾਲ ਮੌਜੂਦ ਨੇ ਉਹ ਇਸ ਮੁਤਲਕ ਸਾਨੂੰ ਦੱਸ ਰਹੇ ਹਨ ਤਜਿੰਦਰ ਜੀ ਮੈਂ ਜਾਨਾ ਚਾਹਾਂਗਾ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਦੇਖੋ ਜੀ ਜਿਸ ਤਰ੍ਹਾਂ ਇੱਕ ਹੋਰ ਜਿਹੜੀ ਲੈਟਰ ਜਿਹੜੀ ਮੈਨੂੰ ਮੈਨੂੰ ਹੁਣੇ ਯਾਦ ਆਇਆ 12 ਫਰਵਰੀ ਨੂੰ 4 ਸੈਨੇਟਰਸ ਨੇ ਲਿਖੀ ਸੀ ਆਪਣੇ ਜਿਹੜੇ ਸੈਕਟਰੀ ਆਫ ਸਟੇਟ ਪੌਂਪੀਓ ਉਹਨਾਂ ਨੂੰ ਜੀ ਉਹਨਾਂ ਨੇ ਲੇਕਿਨ ਉਸ ਲੈਟਰ ਨੂੰ ਮੈਂ ਉਹਨੇ ਕੱਢ ਕੇ ਦੇਖਿਆ ਉਹਦੇ ਵਿੱਚ ਕਸ਼ਮੀਰ ਦੀ ਹਾਲਤ ਦੇ ਉੱਤੇ ਜ਼ਿਕਰ ਆ ਉਹ ਕਹਿ ਰਿਹਾ ਕਿ ਪੌਂਪੀਓ ਨੂੰ ਕਿ ਜੇ ਪ੍ਰੈਜ਼ੀਡੈਂਟ ਜਿਹੜੇ ਜਾ ਰਹੇ ਆ ਤੇ ਮੋਦੀ ਨਾਲ ਜਦੋਂ ਗੱਲ ਕਰਨਗੇ ਤੇ ਕਸ਼ਮੀਰ ਦੇ ਬਾਰੇ ਕਿ ਕ੍ਰੈਕਡਾਊਨ ਜਿਹੜਾ ਉਹ ਹੋਇਆ ਵਾ ਉਹ ਜਿਹੜੀ ਆ ਸੋ ਉਹ ਜਿਹੜੇ ਉਹਦੇ ਵਿੱਚ ਸਿੱਖਾਂ ਦਾ ਕਿਤੇ ਨਾਂ ਨਹੀਂ ਗਾ ਯਾ ਸਿੱਖਾਂ ਦੇ ਬਾਰੇ ਸਿੱਖਾਂ ਦਾ ਸਿੱਖਾਂ ਦਾ ਮੇਨ ਜਿਹੜਾ ਮੈਂ ਜਿੰਨੀ ਵਾਰ ਵੀ ਪਿਛਲੇ ਕੁਝ ਸਾਲਾਂ ਤੋਂ ਦੇਖ ਰਿਹਾ ਉਹ ਵਾਈਟ ਹਾਊਸ ਦੇ ਲਾਗੇ ਜਿਹੜੀ ਪਾਰਕ ਆ ਉੱਥੇ ਯਾ ਔਨ ਦਾ ਹਿੱਲ ਉੱਥੇ ਕਿਹਾ ਕਿਸੇ ਲਾ ਮੇਕਰ ਦੇ ਨਾਲ ਬਟ ਇਟਸ ਲਾ ਮਨੇ ਜਿਹਨੂੰ ਕਹਿੰਦੇ ਆ ਇਟਸ ਲੌਸ ਦਾ ਕੌਜ਼ ਇਜ਼ ਲੌਸਟ ਇਨ 올 ਦਿਸ ਹੰਡਰਮ ਆਫ ਯੂ ਨੋ ਪ੍ਰੋਟੈਸਟ ਜੀ ਉਹ ਜਿਹੜੀ ਪਾਰਕ ਪੁਲਿਸ ਦੇ ਕੋਲ ਜਿਹੜੀ ਐਪਲੀਕੇਸ਼ਨ ਜਾਂਦੀ ਹੈ ਉੱਥੇ ਤੱਕ ਹੀ ਮੇਰੇ ਖਿਆਲ ਜੇ ਰੁਕ ਜਾਂਦਾ ਵਾ ਇਹਨੂੰ ਇਹਦੇ ਗਾਂ ਜਿਹੜਾ ਲੈ ਕੇ ਜਾਣਾ ਜਿਸ ਤਰ੍ਹਾਂ ਤੁਸੀਂ ਉਹਨੇ ਮੈਂਸ਼ਨ ਕਰ ਰਹੀ ਸੀ ਕਿ ਸਿੱਖਾਂ ਦਾ ਜਿਹੜਾ ਡੈਲੀਗੇਸ਼ਨ ਜਦੋਂ ਹਿਊਸਟਨ ਮਿਲੇ ਆ ਸੀ ਤੇ ਮੈਂ ਵੀ ਹਿਊਸਟਨ ਗਿਆ ਸੀ ਕਵਰ ਕਰਨ ਦੈਨਿਕ ਬਾਸਕਰ ਨਿਊਜ਼ਪੇਪਰ ਦੇ ਲਈ ਮੈਂ ਤੇ ਇੰਡੀਆ ਅਮਰੀਕਾ ਟੂ ਦਿੱਲੀ ਦੋਮਾ ਲਈ ਮੈਂਨੇ ਕਵਰ ਕੀਤਾ ਤੇ ਨਾਥਿੰਗ ਯੂ نو ਨਾਥਿੰਗ ਹਾਸ ਹੈਪਨਡ ਜੀ મોદી ਜੀ ਨੇ ਲੈ ਲਿਆ ਮੈਮੋਰੰਡਮ ਬਟ ਵਾਟ ਨੈਕਸਟ ਕਿ ਇੱਕ ਜਿੰਨਾ ਇੱਕ ਸਟਰੋਂਗ ਸਿੱਖਾਂ ਦਾ ਵਿਦਆਊਟ ਲਾਈਕ ਥਿਸ ਡਿਮਾਂਡ ਫॉर ਖਾਲਿਸਤਾਨ ਹਾਊ ਮਚ ਸਪੋਰਟ ਇਟ ਹੈਜ਼ ਆਫ ਦਾ ਰੀਅਲ ਸਿੱਖ ਮੈਂ ਜਦੋਂ ਵੀ ਇਹਨਾਂ ਦੇ ਕੋਈ ਪ੍ਰੋਟੈਸਟ ਦੇ ਵਿੱਚ ਜਾਂ ਐਮਬੈਸੀ ਦੇ ਸਾਹਮਣੇ ਪ੍ਰੋਟੈਸਟ ਕਰਦੇ ਜਾਂ ਨਿਊਯਾਰਕ ਦੇਖਿਆ ਇਟ ਇਜ਼ ਅ ਸੇਮ ਫੇਸਿਸ ਸਮ 15 20 ਪੀਪਲ ਸੇਮ ਫੇਸਿਸ Where, where is the there is no is there a grassroots level uh, support so what do you think jagender ji why people are not getting connected with this cause Be, because when um, I, i when i when i, I went in hmm. november i went with jathe de naal gaya sa kardarpur saab te utthe italia to, to hmm. and, 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 and australia to germany to new zealand and, hmm. hmm. to sab jagah jagah to jade us jathe de vich log shamil hoye si te mai in extensively unna naal gal baat kiti ਔਰ ਉਹ ਕਹਿੰਦਾ ਕਿ 80 84 ਉਦੋਂ ਜਦੋਂ ਇੱਕ ਚੱਲ ਰਿਆ ਸੀ ਖਾਲਸਾਤਨ ਦੀ ਮੂਵਮੈਂਟ ਉਸ ਵੇਲੇ ਕਾਫੀ ਸਪੋਰਟ ਸੀ ਲੇਕਿਨ ਉਹਦੇ ਬਾਅਦ ਇਹ ਹੁਣ ਅੱਜ ਦੇ ਦੌਰ ਤੇ ਅਸੀਂ ਚਾਹੁੰਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਦੇ ਨਾਲ ਅਸੀਂ ਬਹਿ ਕੇ ਗੱਲ ਕਰੀਏ ਤੇ ਸਿੱਖਾਂ ਦੇ ਕਿਉਂਕਿ ਉਹ ਉਹ ਕਹਿੰਦਾ ਕਿ ਜੇ ਸਿੱਖ ਜਿਹੜਾ ਹੈ ਕਿ ਇੰਦੋਰ ਚ ਇੱਕ ਜਿਹੜਾ ਬੰਗਾਲ ਦਾ ਮੇਰਾ ਪਰਸਨਲੀ ਮੇਰਾ ਜਨਮ ਹੋਇਆ ਵਾ ਵੈਸਟ ਬੰਗਾਲ ਦੇ ਵਿੱਚ ਟੂ ਵਾਟ ਡੂ ਦੋਸ ਫੈਮਿਲੀਜ਼ ਡੂ ਤਾਂ ਤੁਹਾਡੇ ਛੋਟਾ ਜਿਹੜਾ ਖਾਲ ਔਰ ਖਾਲਿਸਤਾਨ ਜਿਹੜਾ ਤੁਸੀਂ ਖਾਲੇ ਇੰਡੀਆ ਤੋਂ ਮੰਗ ਰਹੇ ਏ ਐਕਚੁਅਲ ਜਿਹੜਾ ਖਾਲਿਸਤਾਨ ਪੰਜਾਬ ਤੇ ਮੇਨ ਬਿਗ ਪਾਰਟ ਆਫ ਪੰਜਾਬ ਇਜ਼ ਇਨ ਪਾਕਿਸਤਾਨ ਹੂੰ ਤੇ ਖਾਲਿਸਤਾਨ ਸ਼ੁੱਡ ਹੈਵ ਯੂ ਨੋ ਦੋ ਕੰਦੇ ਕਿ ਲਾਹੌਰ ਉਹ ਸਾਰਾ ਵੀ ਤਾਂ ਪੰਜਾਬ ਹੀ ਆ ਯੂ ਨੋ ਤੇ ਸੋ देयर ਇਜ਼ ਅ ਬਿਗ देयर इज नॉट ਮਚ ਆਈ ਆ ਹੈਵ ਨਾਟ ਟਰੈਵਲਿੰਗ ਅਰਾਊਂਡ ਦ ਗਲੋਬ ਆਈ ਹੈਵ ਨਾਟ ਫਾਊਂਡ ਮਚ ਯੂ ਨੋ ਕਿ ਕਿਤੇ ਸਪੋਰਟ ਜਿਹੜੀ ਜਿਹੜੀ 80 hmm. 3848284 ਉਸ ਉਹ سپورਟ ਨਹੀਂ ਹੈਗੀ ਹੁਣ ਲੋਕਾਂ ਨੂੰ ਯੂ نو ਸਮ ਹਾਉ ਇਟ ਇਜ਼ ਦੈਟ ਐਸ ਪਰ ਬੀਜੇਪੀ ਸਰਕਾਰ ਤਾਂ ਤਜਿੰਦਰ ਜੀ ਇਹ ਕਹਿੰਦੀ ਹੈ ਕਿ ਬਕਾਇਦਾ ਨਰਿੰਦਰ ਮੋਦੀ ਵੀ ਸਿੱਖਾਂ ਦੀ ਹਮਾਇਤ ਕਰਦੇ ਹੋ ਨਜ਼ਰ ਆਇਆ ਉਹਨਾਂ ਨੇ ਕਿਆ ਕਿਆ ਸੀ ਕਾਲੀ ਸੂਚੀ ਖਤਮ ਕਰਦੀ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ਪੁਰ ਵੱਡੇ ਪੱਧਰ ਤੇ ਅਸੀਂ ਬਣਾਇਆ ਤੇ ਅਸੀਂ ਸਿੱਖਾਂ ਦੀ ਹਮਾਇਤ ਕਰਦੇ ਆਂ ਬਕਾਇਦਾ ਉਹਨਾਂ ਨੇ ਕਿਹਾ ਕਿ ਜਿਹੜੇ ਕਾਲੀ ਸੂਚੀ ਦੇ ਵਿੱਚ ਅਹਿਮ ਨਾਮ ਸੀਗੇ ਅਸੀਂ ਉਹਨਾਂ ਨੂੰ ਬਕਾਇਦਾ ਕਿਹਾ ਕਿ ਤੁਸੀਂ ਇੰਡੀਆ ਆਓ ਜਿਹਦੇ ਵਿੱਚ ਰੀਪੂ ਦਮਨ ਕੈਨੇਡਾ ਦੀ ਸਭ ਤੋਂ ਵੱਡੇ ਜਿਹੜੇ ਕਾਲੀ ਸੂਚੀ ਦੇ ਵਿੱਚ ਨਾ ਸੀਗਾ ਉਹ ਬਕਾਇਦਾ ਪਹੁੰਚਦੇ ਹਨ ਤਾਂ ਤੁਹਾਨੂੰ ਲੱਗਦਾ ਹੈ ਕਿ ਕਿੱਥੇ ਨਾ ਕਿਤੇ ਸਿੱਖਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਜਿਹੜੀ ਹੈ ਭਾਰਤ ਸਰਕਾਰ ਵੱਲੋਂ ਲਗਾਤਾਰ ਕੀਤੀ ਗਈ ਔਰ ਕੀਤੀ ਵੀ ਜਾ ਰਹੀ ਹੈ ਨਹੀਂ ਤੁਸੀਂ ਐਕਦਾਮ ਐਗਜ਼ੈਕਟਲੀ ਯੂਵ ਹਿਟ ਦ ਯੂ ਨੋ ਨੇਲ ਔਨ ਦ ਹੈਡ ਕਿ ਭਾਰਤ ਸਰਕਾਰ ਜਿਹੜੀ ਆ ਕੋਈ ਵੀ ਸਰਕਾਰ ਦੇਖੋਗੇ ਤੇ ਉਹ ਚਾਹ ਚਾਹੁੰਦੀ ਆ ਭਾਰਤ ਸਰਕਾਰ ਇਸ ਵੇਲੇ ਕੋਸ਼ਿਸ਼ ਕਰ ਰਹੀ ਹੈ ਲੇਕਿਨ ਸਾਡੇ ਜਿਹੜੇ ਸਟਿਕ ਕੌਮ ਦੇ ਜਿਹੜੇ ਲੋਕ ਆ ਉਹਨਾਂ ਨੂੰ ਵੀ ਤੇ ਇਕਜੁੱਟ ਹੋ ਕੇ ਆਪਣਾ ਜਿਹੜਾ ਪ੍ਰੈਸ਼ਰ ਆ ਉਹ ਬਣਾ ਕੇ ਰੱਖਣਾ ਚਾਹੀਦਾ ਹੁਣ ਤੁਸੀਂ 2020 ਰੈਫਰੈਂਡਮ ਭਾਰਤ ਸਰਕਾਰ ਨੂੰ ਭਾਰਤ ਤੋਂ ਛੱਡ ਕੇ ਖਾਲਿਸਤਾਨ ਲੈਂਡ ਲੋਕਡ ਕੰਟਰੀ ਕਿਤੋਂ ਕੋਈ ਪਾਣੀ ਤੱਕ ਤੇ ਪਹੁੰਚ ਨਹੀਂ ਦੀ ਯੂ نو ਯੂ ਜਸਟ ਥਿੰਕ ਅਬਾਊਟ ਪ੍ਰੈਗਮੈਟਿਕ ਆਈ ਥਿੰਕ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਮੇਨ ਮੁੱਦੇ ਪੰਜਾਬ ਦੇ ਨੇ ਜੇ ਕਿ ਡੋਨਲਡ ਟਰੰਪ ਉਹਦੇ ਵਿੱਚ ਇੰਟਰਵੀਨ ਕਰਨ ਤਾਂ ਉਹ ਸਭ ਤੋਂ ਵੱਡੇ ਹੋ ਸਕਦੇ ਨੇ ਜਿਵੇਂ ਪਾਣੀਆਂ ਦਾ ਮੁੱਦਾ ਪੰਜਾਬ ਦਾ ਸਭ ਤੋਂ ਅਹਿਮ ਮਸਲਾ ਹੈ ਅਗਰ ਉਹਦੇ ਵਿੱਚ ਡੋਨਲਡ ਟਰੰਪ ਇੰਟਰਵੀਨ ਕਰਦੇ ਹਨ ਅਗਰ ਸਾਡੇ ਇੱਥੇ ਦੀ ਆਰਗੇਨਾਈਜੇਸ਼ਨਸ ਉਹੀ ਗੱਲ ਮੰਨਵਾ ਲੈਣ ਤਾਂ ਸਾਡੇ ਲਈ ਉਹੀ ਖਾਲਿਸਤਾਨ ਹੈ ਥਿਸ ਇਜ਼ ਵਾਟ ਯੂ ਵਾਂਟ ਟੂ ਸੇ ਯਾ ਬਟ ਦ ਮੇਨ ਥਿੰਗ ਹੈ ਕਿ ਐਜ਼ ਅ ਪ੍ਰੈਜ਼ੀਡੈਂਟ ਆਫ ਦਾ ਯੂਐਸ ਉਹ ਇੰਟਰਵੈਨ ਨਹੀਂ ਕਰ ਸਕਦਾ ਹੀ ਕੈਨ ਬ੍ਰਿੰਗ ਅਪ ਦਾ ਟਾਪਿਕ ਮੈਰੇ ਜਿਹੜੇ ਮੈਰੇ ਜਿਹੜੇ ਸਿਟੀਜ਼ਨਸ ਆ ਉਹਨਾਂ ਦੀ ਜਿਹੜੀਆਂ ਫੈਮਿਲੀਜ਼ ਇੱਥੇ ਆ ਉਹਨਾਂ ਦੇ ਕੁਝ ਮੁੱਦੇ ਨੇ ਉਹ ਮੁੱਦੇ ਨੂੰ ਚੁੱਕਿਆ ਜਾ ਸਕਦਾ ਰਾਈਟ ਇਵਨ ਜੇ ਇੱਕ ਵਾਰ ਵੀ ਉਹ ਕਿਉਂਕਿ ਅੱਜ ਜੋ ਜਿਸੀ ਖੰਡਾ ਨਾ ਲਾਏਗਾ ਤੇ ਇਮੀਡੀਏਟਲੀ ਉਹ ਕਹਿਣਗੇ ਕਿ ਤੈਰੇ ਤੈਰੇ ਜਿਹੜੇ ਸਿੱਖਾ ਉਹ ਤੇ ਖਾਲਿਸਤਾਨ ਦੀ ਡਿਮਾਂਡ ਕਰਨ ਦੇ ਸੋ ਕੋਈ ਵੀ ਹੁਣ ਜਿ ਤਰ੍ਹਾਂ ਜੇ ਮੋਦੀ ਆ ਕੇ ਕਹਵੇ ਜਿਹੜਾ ਟੈਕਸਾਸ ਆ ਉਹ ਆਢੋ ਨਾ ਚਾਹੁੰਦਾ ਵਾ ਟੈਕਸਨ ਤੇ ਉਹ ਉਹ ਕਹਿ ਸਕਦਾ ਕਿ ਨਹੀਂ ਕਹਿ ਸਕਦਾ ਮੋਦੀ ਆਖੇ 트럼ਪ ਨੂੰ ਇਸ ਤਰ੍ਹਾਂ 트럼ਪ ਜਾ ਕੇ ਨਹੀਂ ਕਹਿ ਸਕਦਾ ਸਿੱਖਾਂ ਦਾ ਨਾਂ ਲੈਂਦੇ ਆ ਸਾਥੀ ਇਮੀਡੀਏਟ ਜਿਹੜੀ ਇਮੇਜ ਜਿਹੜੀ ਬਣਾ ਰਹੇ ਆ ਸਿੱਖ ਇਵਨ ਹੈਂਡਫੁੱਲ ਆਫ ਸਿੱਖ ਇਟ ਇਜ਼ ਨਾਟ ਅ ਗੁੱਡ ਇਮੇਜ ਇਫ ਯੂ ਸੀ ਸੋ ਉਹਨਾਂ ਦੀ ਇਮੇਜ ਜਿਹੜੀ ਬਣਦੀ ਹੈ ਜਾ ਕੇ ਉਹ ਐਂਟੀ ਇੰਡੀਆ ਬਣਦੀ ਤੁਸੀਂ ਇਹੀ ਕਹੋਗੇ ਹਾਂਜੀ ਜੀ ਇਕ ਜਿਹੜਿਆ ਉਹ ਹੁਣ ਕ ਐਮੈਨਿਊ ਕਸਨ ਹੈ ਅੱਜ ਕੈਂਦੇ ਜਿਹੜਾ ਵੀ ਸੇਖਾ ਉਹ ਉਹ ਟੈਰਰਿਸਟ ਪਰ ਇੱਕ ਗੱਲ ਦੱਸੋ ਮੈਨੂੰ ਤਜਿੰਦਰ ਸਿੰਘ ਜੀ ਆਪਣੇ ਵੱਖਰੇ ਮੁਲਕ ਦੀ ਡਿਮਾਂਡ ਕਰਨਾ ਕਾਨੂੰਨ ਵੀ ਜਿਹੜਾ ਇਹ ਜ਼ਾਦਤ ਦਿੰਦਾ ਉਹਦੇ ਚ ਕੀ ਕੀ ਮਿਸਟੇਕਸ ਜਾਂ ਫਿਰ ਕੀ ਰੋਡ ਮੈਪ ਜਿਹੜਾ ਕ੍ਰੀਏਟ ਕਰਨ ਦੀ ਲੋੜ ਹੈ ਜੇਕਰ ਕਾਨੂੰਨੀ ਤੌਰ ਦੇ ਉੱਤੇ ਇਸ ਜੰਗ ਨੂੰ ਲੜਨਾ ਵਾਟ ਯੂ ਥਿੰਕ ਔਨ ਥੈਟ

Uh, you know, understand ki talking step and, step and implementing step both step are, step 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 different are different things menu ek cheez samajh nahi aundi ki why main hun kai gurudware jao and main inne lokan nu as a journalist puchhya va nobody nobody has openly except a few people have supported this idea they hmm. but they want to support hmm. they say organization should talk about sik jede kyunki har kaum de ਕ੍ਰਿਸ਼ਨਾ ਦੇ ਆਪਣੇ ਮੁੱਦੇ ਨੇ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਹਜੇ ਵੀ ਅਸੀਂ ਜਿਸ ਮੁਲਕ ਦੇ ਵਿੱਚ ਰਹਿੰਦੇ ਆ ਜਿਸ ਮੁਲਕ ਦੇ ਅਸੀਂ ਸਿਟੀਜ਼ਨ ਆ ਜਿਸ ਮੁਲਕ ਨੂੰ ਅਸੀਂ ਟੈਕਸ ਪੇ ਕਰਦੇ ਆ ਔਰ ਇਸ ਮੁਲਕ ਦੇ ਵਿੱਚ ਰਹਿ ਕੇ ਆਪਣੀ ਰਿਕੋਗਨੀਸ਼ਨ ਹਜੇ ਵੀ ਅਸੀਂ ਦਸਤ ਦੇ ਵਿੱਚ ناکਾਮਯਾਬ ਹੋਇਆ ਜਦ ਗੱਲ ਵੱਡੇ ਪਦਰ ਦੀ ਆਉਂਦੀ ਔਰ ਜਦ ਗੱਲ ਡੋਨਲਡ ਟਰੰਪ ਦੀ ਆਉਂਦੀ ਹੈ yes you are right perfectly correct ਕਿਉਂਕਿ ਡੋਨਲਡ ਟਰੰਪ ਨੂੰ ਕੀ ਵਾਟ ਵਿਲ ਹੀ ਸੇ ਕਿ ਮੇਰੇ ਉੱਥੇ ਵਾਈਸ ਹਾਊਸ ਦੇ ਬਾਹਰ ਖਲਾ ਹੋਇਆ ਉਹ ਅੱਡ ਮੁਲਕ ਮੰਗਦੇ ਆ ਤੇ ਮੋਦੀ ਨੂੰ ਜਾ ਕੇ ਕਹੂਗਾ ਵੀ ਮੋਦੀ ਤੂੰ ਆ ਪੰਜਾਬ ਨੂੰ ਛੱਡ ਦੇ do you think it is practical it is ਮਨੇ ਕੋਈ ਡਿਪਲੋਮੈਟਿਕਲੀ ਇਹੋ ਜੀ ਗੱਲ ਹੋ ਸਕਦੀ ਹੈ no but they are saying this is the, the referendum 2020 really this is legal and they are uh, doing as per the you know uh, ki enu u1 इजाਜ਼ਤ ਦਿੰਦਾ look facebook ਤੇ ਕਹਿਣਾ ਇਜਾਜ਼ਤ ਦੇਣਾ ਕੌਣ ਕਿਨ ਕੌਣ ਕਿਨ ਦਾ ਇਜਾਜ਼ਤ ਹੈ ਯੂ ਯੂ ਆਸਕ ਯੂ ਸ਼ੁਡ ਕਾਲ ਅ ਵਨ ਆਫ ਦਾ ਯੂ نو ਇੰਟਰਨੈਸ਼ਨਲ ਲਾਇਰ ਨਾਟ ਐਨ ਇੰਡੀਅਨ ਨਾਟ ਐ ਪਾਕਿਸਤਾਨੀ ਐਨ ਅਮਰੀਕਨ অর ਅ ਯੂ ਐਨ ਯੂ نو ਸੰਬਡੀ ਹੂ ਨੋਜ਼ ਹੂ ਵਿਲ ਟੈਲ ਯੂ ਇਹੋ ਜੇ ਰੈਫਰੈਂਡਮ ਹੁੰਦੇ ਰਹਿੰਦੇ ਆ ਇਸ ਯੂ نو ਆਈ ਬਿਕਾਜ਼ ਆ ਮੈਂ ਸਾਰੇ ਪਾਸੇ ਦਾ ਯੂ نو ਆਮ ਵਾਚਿੰਗ ਆਈ ਐ ਨੈਸ਼ਨਲ ਪ੍ਰੈਸ ਕਲੱਬ ਦੇ ਵਿੱਚ ਇਹਨਾਂ ਨੇ ਇੱਕ ਪ੍ਰੈਸ ਕਾਨਫਰੈਂਸ ਕੀਤੀ ਸੀ 6 ਫਾਰ ਜਸਟਿਸ ਨੇ ਸਿਕਸ ਫਾਰ ਜਸਟਿਸ ਤੇ ਪਹਿਲੀ ਗੱਲ ਇਜ਼ ਅ ਬੈਨ ਆਰਗੇਨਾਈਜੇਸ਼ਨ ਇਨ ਇੰਡੀਆ ਨਾਊ ਦੇ ਹੈਵ ਓਪਨਡ ਅ ਆਫਿਸ ਇਨ ਨੈਸ਼ਨਲ ਪ੍ਰੈਸ ਕਲੱਬ ਵਿਚ ਇਜ਼ ਸਿਕਸ ਫਾਰ ਜਸਟਿਸ ਇੰਟਰਨੈਸ਼ਨਲ ਤੇ ਉੱਥੇ ਪ੍ਰੈਸ ਕਲੱਬ ਚ ਇੱਕ ਰੂਮ ਲੈ ਕੇ ਇਹਨਾਂ ਨੇ ਇੱਕ ਉਹਦੇ ਬਾਅਦ ਮੈਂ ਗੁਰਪਤਵੰਤ ਸਿੰਘ ਪੰਨੂ ਜਿਹੜੇ ਇਹਨਾਂ ਦੇ ਲੀਗਲ ਐਡਵਾਈਜ਼ਰ ਉਹਨਾਂ ਦੀ ਇੱਕ ਇੰਟਰਵਿਊ ਲਈ ਸੀ ਜਿਸ ਚ ਉਹਨਾਂ ਦਾ ਕਾਫੀ ਉਹ ਇੰਟਰਵਿਊ ਗਵਰਨਮੈਂਟ ਆਫ ਇੰਡੀਆ ਨੇ YouTube ਤੇ ਓਨਲੀ ਫॉर ਇੰਡੀਆ ਬੈਨ ਕਰਤੀ ਹੈ

ਕੁਛ ਤੋਂ ਇਹ ਜਿਹੜਾ ਇਹਨਾਂ ਤੁਸੀਂ ਇਹ ਜਿਹੜੀ ਪਹਿਲੀ ਵਾਰ ਪਹਿਲੀ ਵਾਰ ਜਿਹੜੇ ਪ੍ਰੋਟੈਸਟ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਪ੍ਰੋਟੈਸਟ ਹੋ ਚੁੱਕੇ ਨੇ ਬਕਾਇਦਾ ਬਕਾਇਦਾ ਹੁਣ ਜਿਹੜੀ April ਦੇ ਮਹੀਨੇ ਦੇ ਵਿੱਚ ਜਿਹੜੀ Washington DC ਵਿਖੇ ਰੈਲੀ ਵੀ ਕੱਢੀ ਜਾਂਦੀ ਹੈ ਉਸ ਰੈਲੀ ਦੇ ਵਿੱਚ ਬਕਾਇਦਾ ਜਿਹੜਾ ਹੈਗਾ ਪ੍ਰੋਟੈਸਟ ਕੀਤਾ ਜਾਂਦਾ ਲੇਕਿਨ ਕਹਿਣ ਦਾ ਭਾਵ ਹੈ ਕਿ ਇਹਨਾਂ ਪ੍ਰੋਟੈਸਟਾਂ ਦੇ ਵਿੱਚ ਅਸੀਂ ਜਿਹੜਾ ਸੁਨੇਹਾ ਭੇਜਣਾ ਚਾਹੁੰਦੇ ਹਾਂ ਸਰਕਾਰਾਂ ਨੂੰ ਕਿ ਅਸੀਂ ਉਹ ਭੇਜ ਪਾ ਵੀ ਰਹੇ ਹਾਂ ਉਹ ਇੱਕ ਅਹਿਮ ਮੁੱਦਾ ਬੰਦਾ ਹੈ ਔਰ ਇਸ ਦੇ ਉੱਤੇ ਸਾਨੂੰ ਗੌਰ ਕਰਨ ਦੀ ਲੋੜ ਹੈਗੀ ਹੈ ਤੇ ਲੋੜ ਇਹ ਵੀ ਹੈਗੀ ਕਿ ਜਿਹੜੀ ਗੱਲਾਂ ਅਸੀਂ ਮਨਵਾਉਣੀਆਂ ਹਨ ਪਹਿਲਾਂ ਜਿਸ ਮੁਲਕ ਦੇ ਵਿੱਚ ਅਸੀਂ ਰਹਨੇ ਆ ਉਸ ਮੁਲਕ ਦੇ ਵਿੱਚ ਅਸੀਂ ਆਪਣੇ ਬੱਚਿਆਂ ਦੀ ਹੀ ਅਪਬ੍ਰਿੰਗ ਉਹਨਾਂ ਦੇ ਲਈ ਹੀ ਜੌਬਸ ਕ੍ਰੀਏਟ ਉਹਨਾਂ ਦੇ ਲਈ ਹੀ ਅਸੀਂ ਜਿਹੜੇ ਪਲੈਟਫਾਰਮਸ ਨੇ ਉਹ ਕ੍ਰੀਏਟ ਕਰੀਏ ਉਸ ਤੋਂ ਬਾਅਦ ਅਸੀਂ ਜਦ ਇੱਥੇ ਸਟਰੋਂਗ ਹੋਵਾਂਗੇ ਜਦ ਇੱਥੇ ਲੱਗੇਗਾ ਸਰਕਾਰਾਂ ਨੂੰ ਕਿ ਇਹ ਸਾਡੇ ਉਹ ਟੈਕਸ ਪੇਅਰ ਹਨ ਜੋ ਕਿ ਸਾਡੇ ਇਸ ਕੰਟਰੀ ਦਾ अहम हिस्सा भी हैं और साड़ी कंट्री नू मजबूती भी दे रहे हैं डू यू थिंक सेम ऑन दिस तजिंदर सिंह जी यस दिस इज द दिस इज द मेन थिंग जी दिस इज द मेन थिंग कि व्हाट 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 इज डज द ग्रास रूट लेवल ऑर्डिनरी अमेरिकन सिटीजन हु हैपन टू बी सिक्स सिक अमेरिकन्स वांट दे वांट फर्स्ट ਸਿਕਿਉਰਿਟੀ ਹੇਰ ਦੇ ਵਾਂਟ ਸਿਕਿਉਰਿਟੀ ਫਾਰ देयर ਚਿਲड्रन ਦੇ ਵਾਂਟ ਸਿਕਿਉਰਿਟੀ ਇਨ ਦਾ ਸਕੂਲਸ ਦੇ ਵਾਂਟ ਸਿਕਿਉਰਿਟੀ ਫਾਰ ਦਾ ਗੁਰਦੁਆਰਸ ਜੀ ਉਹਦੇ ਬਾਅਦ ਸੈਕੰਡ ਆਉਂਦਾ ਕਿ ਪਿੱਛੇ ਕੀ ਹੋ ਰਿਹਾ ਵਾ ਉੱਥੇ ਕੀ ਅਸੀਂ ਉਹਨਾਂ ਦੇ ਲਈ ਕਰ ਸਕਦੇ ਹਾਂ ਉੱਥੇ ਅਸੀਂ ਡਰੱਗ ਪ੍ਰੋਬਲਮ ਆ ਉਹਦੇ ਬਾਰੇ ਕਿਉਂ ਨਹੀਂ ਕੋਈ ਬੋਲਦਾ ਕਿ ਪੰਜਾਬ ਦੇ ਇਹ ਕਿਉਂ ਨਹੀਂ ਇੱਥੇ ਕਿਹਾ ਗਿਆ ਕਿ ਜਿਹੜਾ ਟਰੰਪ ਆ ਉਹ ਮੋਦੀ ਨੂੰ ਕਹਵੇ ਕਿ ਪੰਜਾਬ ਦੀ ਡਰੱਗ ਪ੍ਰੋਬਲਮ ਦੇ ਉੱਤੇ ਆਹਮ ਕਾਫੀ ਸਾਰੇ ਵਿਸ਼ੇ ਨੇ ਪਾਣੀਆਂ ਦਾ ਮੁੱਦਾ ਹੈਗਾ ਚੰਡੀਗੜ੍ਹ ਦਾ ਮੁੱਦਾ ਹੈਗਾ ਡਰਗ ਦਾ ਮਸਲਾ ਹੈਗਾ ਕਈ ਸਾਰੇ ਅਹਿਮ ਵਿਸ਼ੇ ਨੇ ਜੇਕਰ ਵਫਦ ਅਗਰ ਅੱਜ ਜਾ ਕੇ ਨਰਿੰਦਰ ਮੋਦੀ ਨੂੰ ਮਿਲਦਾ ਇਨਸਟੇਡ ਆਫ ਠੀਕ ਹੈ ਪ੍ਰੋਟੈਸਟ ਕਰਨਾ ਵੀ ਸਾਡਾ ਹੱਕ ਹੈਗਾ ਸਾ ਕਾਨੂੰਨ ਸਾਨੂੰ ਅਧਿਕਾਰ ਦਿੰਦਾ ਹੈਗਾ ਬਟ ਉਸ ਪ੍ਰੋਟੈਸਟ ਦਾ ਫਾਇਦਾ ਕੀ ਜਦ ਅਸੀਂ ਬੇਸਿਕ ਮਸਲਿਆਂ ਨੂੰ ਹੀ ਨਹੀਂ ਦੱਸ ਪਾਰੇ ਜਿਸ ਮੁਲਕ ਦੇ ਵਿੱਚ ਅਸੀਂ ਰਹਿ ਕੇ ਪ੍ਰੋਟੈਸਟ ਕਰਨੇ ਆ ਮਿਹਰਬਾਨੀ ਤੁਹਾਡੀ ਤਜਿੰਦਰ ਜੀ ਤੁਸੀਂ ਸਾਡੇ ਨਾਲ ਜੁੜੇ ਔਰ ਵਾਈਟ ਹਾਊਸ ਦੀਆਂ तमाम ਖਬਰਾਂ ਤੁਸੀਂ ਸਾਡੇ ਇਸ ਮੰਚ ਦੇ ਉੱਤੇ ਪਹੁੰਚਾਈਆਂ ਇਨ ਫਿਊਚਰ ਵੀ ਅਸੀਂ ਉਹ ਖਬਰਾਂ ਤੁਹਾਡੇ ਤੋਂ ਲੈਂਦੇ ਰਵਾਂਗੇ ਔਰ ਜਿਹੜਾ ਅੱਜ ਅਸੀਂ ਤੁਹਾਨੂੰ ਕਿਹਾ ਸੀਗਾ ਕਿ ਜਰੂਰ ਇੱਕ ਵਾਰੀ ਡੋਨਲਡ ਟਰੰਪ ਨੂੰ ਪੁੱਛਿਓ ਤਾਂ ਕਿ ਘਟੋ ਘਟ ਡਿਬੇਟ ਤਾਂ ਹੋ ਸਕੇ ਤਾਂ ਕਿ ਉਹਨਾਂ ਨੂੰ ਅਵੇਅਰਨੈਸ ਤਾਂ ਹੋ ਸਕੇ ਮਿਹਰਬਾਨੀ ਤੁਹਾਡੀ ਤਜਿੰਦਰ ਸਿੰਘ ਜੀ ਤੁਸੀਂ ਸਾਡੇ ਨਾਲ ਜੁੜੇ ਹਾਂਜੀ ਥੈਂਕ ਯੂ ਵੈਰੀ ਮਚ ਸੋ ਐਸੀ ਗੇ ਤਜਿੰਦਰ ਸਿੰਘ ਸਪੈਸ਼ਲ ਕੋਰਸਪੋਨਡੈਂਟ ਫਰਮ ਵਾਈਟ ਹਾਊਸ ਫਲਾਲਿਕ ਬ੍ਰੇਕ ਲੈ ਅਥੇ ਰੁਕ ਰਿਆ ਹੁਣ ਮੈਂ ਇਜਾਜ਼ਤ ਦੇ ਰਿਹਾ ਆਪਣੇ ਸਾਡੇ ਦਰਸ਼ਕਾਂ ਨੂੰ ਕਿ ਉਹ ਹੁਣ ਮੈਨੂੰ ਕਾਲ ਕਰਕੇ ਆਪਣੇ ਵਿਚਾਰ ਅੱਜ ਦੇ ਇਸ ਵਿਸ਼ੇ ਦੇ ਉੱਤੇ ਦੇ ਸਕਦੇ ਹਨ ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਡੋਨਲਡ ਟਰੰਪ ਦੀ ਭਾਰਤ ਫੇਰੀ ਔਰ ਕੀ ਕੁਝ ਸੋਗਾਤ ਜਿਹੜੀ ਹੈਗੀ ਆ ਉਹ ਭਾਰਤ ਲਈ ਹੋ ਸਕਦੀ ਹੈ ਜਾਂ ਫਿਰ ਕੀ ਕੁਝ ਉਮੀਦਾਂ ਭਾਰਤ ਦੇ ਜਿਹੜੇ ਲੋਕ ਨੇ ਉਹ ਲਗਾ ਕੇ ਬੈਠੇ ਹਨ ਡੋਲਨ 트ੰਪ ਤੋਂ اور ਜਦ ਨਰਿੰਦਰ ਮੋਦੀ ਇੱਥੇ ਆਏ ਸੀ ਕਿਤੇ ਕੀ ਕੁਝ ਸੋਗਾਤ ਉਹ ਸਾਡੇ ਲਈ ਯਾਨੀ ਕਿ ਪ੍ਰਵਾਸੀ ਭਾਰਤੀਆਂ ਦੇ ਲਈ ਸਿੱਖ ਡਾਇਸਪੋਰਾ ਦੇ ਲਈ ਲੈ ਕੇ ਆਏ ਸੀਗੇ ਪਰ ਜਿਵੇਂ ਕਿ ਅਸੀਂ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਇਸ ਬਾਰੇ ਚਰਚਾ ਕੀਤੀ ਕਿ ਅਹਿਮ ਵਿਸ਼ੇ ਜਿਹੜੇ ਨੇ ਸਾਡੀ ਕਮਿਊਨਿਟੀ ਨਾਲ ਸੰਬੰਧਤ ਜ਼ਿਕਰ ਹੋਗਾ ਕਿ ਉਹਨਾਂ ਦੇ ਉੱਤੇ ਅੱਜ ਤੱਕ ਕੀ ਕੁਝ ਕਿਆ ਸਰਹਈਆਂ ਜਿਹੜੀਆਂ ਲਾ ਲਾਈਆਂ ਜਾ ਰਹੀਆਂ ਸਨ ਉਹਨਾਂ ਦੇ ਉੱਤੇ ਕੀ ਕੁਝ ਵਿਚਾਰ ਹੋਇਆ ਜ਼ਿਕਰ ਹੋ ਗਿਆ ਕਿ ਅਸੀਂ ਹਮੇਸ਼ਾ ਅਮਰੀਕਾ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਕਹਿੰਦੇ ਕਿ ਅਸੀਂ ਆਪਣੀ ਰਿਕੋਗਨੀਸ਼ਨ ਲਈ ਕੰਮ ਕਰ ਰਹੇ ਹਾਂ ਔਰ ਰਿਕੋਗਨੀਸ਼ਨ ਦੇ ਨਾਲ-ਨਾਲ ਅਸੀਂ ਆਪਣੇ ਜਜ਼ਬਾਤਾ ਆਪਣੇ ਉਸ ਇਮੋਸ਼ਨਲ ਫੈਕਟਰ ਆਪਣੀ ਉਸ ਪਛਾਣ ਨੂੰ ਵੀ ਦੱਸਣਾ ਚਾਹੁੰਦੇ ਹਾਂ ਪਰ ਦੱਸਣ ਦੇ ਨਾਲ-ਨਾਲ ਸਾਨੂੰ ਟੇਬਲ ਦੇ ਉੱਤੇ ਕੀ ਲਿਜਾਉਣਾ ਚਾਹੀਦਾ ਮੁੱਦਾ ਇਹ ਹੈਗਾ ਕਾਫੀ ਸਾਰੇ ਕਾਲਰਸ ਮੇਰੇ ਨਾਲ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਆਉਣੇ ਕੋਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ हां जी कैसे जी जसशिकाल मैं तो नीवरक तुम बोल रहे हो जी जसशिकाल जी अच्छा जी वैसे तो देखो जेड़ा ਵੱਡਾ ਬੰਦਾ ਹੁੰਦਾ ਨਾ ਇਹਨੂੰ ਸਾਰੇ ਲੋਕੀ ਪਸੰਦ ਕਰਦੇ ਨੇ ਇਹ ਭੱਟੇ ਕੰਟਰੀ ਦਾ ਬੰਦਾ ਨੰਬਰ 1 ਕੰਟਰੀ ਦਾ ਬੰਦਾ ਹੈਗਾ ਹੈ ਸੋ ਇਹਨੂੰ ਮੋਦੀ ਸਿਰਫ ਆਪਣੀ ਸੋਸ਼ੇ ਪਾਜੀ ਵਾਸਤੇ ਜਾਂ ਫੁਕਰਾ ਕੰਮ ਤੇ ਵਾਸਤੇ ਭੜਾ ਰਿਹਾ ਹੈ ਜੀ ਉਹ ਤਾਂ ਹੋਰ ਕੋਈ ਮਕਸਦ ਨਹੀਂ ਹੈ ਜੀ ਬਾਕੀ ਜਿਹੜੀ ਆਪਾਂ ਪੈਸ਼ਨ ਦੀ ਗੱਲ ਕਰ ਰਹੇ ਸੀਗੇ ਕਿ ਟੈਕਸ ਅਪੀਅਰਸ ਦਾ ਜਾ 65 ਰਹਿ ਗਿਆ ਉਹ ਤਰ੍ਹਾਂ ਦਾ ਹੈਗਾ ਲੋ ਜੀ ਇਹ ਕੰਟਰੀ ਜਿਹੜਾ ਅਮਰੀਕਾ ਹੈਗਾ ਨਾ ਆਪਾਂ ਆਪਾਂ ਸਾਰੇ ਤੇ ਨਹੀਂ ਆਪਾਂ ਨੂੰ ਪਤਾ ਹੀ ਹੈ ਬੜੇ ਸਮਾਰਟ ਹੈਗੇ ਜੀ ਕਿਉਂਕਿ ਇਹ ਤੇ ਇਹ ਤੇ 트럼ਪ ਕਰ ਦਿੱਤੀ ਤੇ ਇਹਨਾਂ ਨੇ ਪੈਸੇ ਟੁਕੀਆਂ ਕਰਦੀਆਂ ਸੀ ਇੱਕ ਵਾਲ ਬਣਾਉਣ ਵਾਸਤੇ ਤੇ ਇਦਾਂ ਪੈਸਾ ਇਹਨੂੰ ਦਿੰਦੇ ਆ ਕਿ ਤੇ ਉਹਨਾਂ ਨੂੰ ਕੁਝ ਦੇਣ ਵਾਸਤੇ ਬਗੈਰ ਮਤਲਬ ਦੇ ਜੀ ਸੋ ਇਹ ਡੈਫੀਨਿਟਲੀ ਉਹਨਾਂ ਨੇ ਹੀ ਖਰਚਾ ਕਰਨਾ ਸਾਰਾ ਚੁੱਕ ਕੇ ਕਰਨਾ ਹੈ ਜੀ ਜੀ ਸੋ ਇਹ ਸਿਰਫ ਇੱਕ ਆਪਣੀ ਨਾ ਹੋਰ ਜਿਹਨੂੰ ਕਹਿੰਦੇ ਵੀ ਇੱਕ ਬੰਦਾ ਛੋਟਾ ਬੰਦਾ ਜਿਹੜਾ ਹੁੰਦਾ ਹੈ ਉਹ ਕਮੀਰ ਬੰਦੇ ਨੂੰ ਬੁਲਾ ਕੇ ਆਪਣੇ ਆਪ ਨੂੰ ਸ਼ੋ ਕਰਨਾ ਚਾਹੁੰਦਾ ਕਿ ਹਾਂ ਮੈਂ ਦੇਖੋ ਮੇਰੀ ਉਹਦੀ ਯਾਰੀ ਹੈ ਜੀ ਅਦਰਵਾਇਜ਼ ਇਹਦੇ ਵਿੱਚੋਂ ਨਿਕਲਣਾ ਲੁਕਣਾ ਕੁਝ ਤੁਹਾਡੀ ਆਵਾਜ਼ ਪ੍ਰੋਪਰ ਨਹੀਂ ਪਹੁੰਚਦੀ ਮੈਂ ਚਾਹਾਂਗਾ ਤੁਸੀਂ ਆਪਣੇ ਹੈਡਸੈਟ ਦੇ ਨਾਲ रखो अपने ज्यादा ज्यादा स्पीकर ऑन है आवाज सही प्रॉपर होण आ रही हां होण क्लियर है अच्छा चलो मैं ऑन स्पीकर ऑन करता पहला नहीं अच्छा जी अच्छा दूसरा ना दूसरा मेन चीज ये है, है कि ਟਰੰਪ ਨੂੰ ਨਵੀਂ ਇਹਦੀਆਂ ਜਿਹੜੀਆਂ ਇਲੈਕਸ਼ਨਸ ਆਪਾਂ ਸੋਚਦੇ ਹਾਂ ਨਾ ਵੀ ਸ਼ਾਇਦ ਟਰੰਪ ਨੂੰ ਕੋਈ ਫਾਇਦਾ ਹੋਵੇਗਾ ਟਰੰਪ ਨੂੰ ਇਹਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਲੋਕ ਬਹੁਤ ਜ਼ਿਆਣੇ ਨੇ ਤੇ ਜਿਹੜੇ ਬੰਦੇ ਉਹਦੇ ਨਾਲ ਜੁੜੇ ਨੇ ਉਹਦੀ ਪਾਰਟੀ ਨਾਲ ਉਹਦੇ ਨਾਲ ਜੁੜੇ ਹੈਗੇ ਨੇ ਲਿਬਰਲ ਚ ਪਰਸ ਨੂੰ ਦੂਜੀ ਪਾਰਟੀ ਸੋ ਇਹਦਾ ਕੋਈ ਬਾਹਰ ਲੰਬਾ ਛੜਾ ਫਰਕ ਨਹੀਂ ਪੈਣਾ ਹਾਂ ਇੰਡੀਅਨਸ ਲੋਕਾਂ ਦਾ ਕਾਫੀ ਨੁਕਸਾਨ ਹੋ ਜਾਏਗਾ ਉਹਨਾਂ ਦੇ ਪੈਸੇ ਦੀ ਕਾਫੀ ਜਿਹੜੀ ਹੈਗੀ ਹੈ ਉਹ ਆਈਮੇਨ ਉਹਦਾ ਉਹਨਾਂ ਦਾ ਖਰਚਾ ਕਾਫੀ ਹੋ ਜਾਏਗਾ ਬਾਕੀ ਇਸ ਤੋਂ ਵੱਧ ਮੇਰੇ ਖਿਆਲ ਚ ਕੁਛ ਨਹੀਂ ਇੱਕ ਐਵੇਂ ਸ਼ੋਅ ਹੈ ਜੀ 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 ਇਸ ਕਾਰਕਾ ਚੀ ਵੀ ਨੋਟਿਆ ਗਿਆ ਕਰ। ਜਿਸ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਸੀਗੇ ਕਿ ਸਿੱਖਾਂ ਨੂੰ ਵੀ ਆਪਣੇ ਮਸਲੇ ਜਿਹੜੇ ਨੇ ਘਾਟੋ ਘਾਟ ਜੇ ਪਹੁੰਚਾਉਣਾ ਹੀ ਸੀਗੇ ਤਾਂ ਫਿਰ ਇੱਕ ਰੋਡਮੈਪ ਕ੍ਰੀਏਟ ਕਰਕੇ ਪਹੁੰਚਾਉਂਦੇ ਤਾਂ ਉਹਨਾਂ ਨੂੰ ਲੱਗਦਾ ਕਿ ਕਾਮਯਾਬੀ ਹਾਸਲ ਕੀਤੀ ਅਸੀਂ। ਔਰ ਕੀਰਤ ਜੀ ਉਹ ਤਾਂ ਮਸਲਾ ਹੀ ਨਹੀਂ ਹੈਗਾ ਨਾ ਉਹ ਤੇ ਅਸੀਂ ਸਿੱਖ ਇਕੱਠੇ ਨਹੀਂ ਹੈਗੇ। ਹਾਂਜੀ। ਜਦ ਤੱਕ ਜਦ ਤੱਕ ਜਿਹੜਾ ਦੇਖੋ ਅਸੀਂ ਅਜੇ ਪਹਿਲੀ ਗੱਲ ਤਾਂ ਸਿੱਖ ਹੈ ਹੀ ਨਹੀਂ ਹੈ। ਜੀ। ਅਸੀਂ ਤੇ ਜਿਹੜੇ ਜਾਤਾਂ ਪਾਤਾਂ ਦੇ ਵੰਡੇ ਆ ਅਸੀਂ ਦਾ ਜੱਟਾਂ ਦਾ ਬਾਣੇ ਆ ਸੈਣੀ ਆ ਖੱਤਰੀ ਆ ਭਾਪੇ ਆ ਅਸੀਂ ਤੇ ਅਜੇ ਅਸੀਂ ਜਿ ਸਿੱਖਤਾ ਹੈ ਹੀ ਨਹੀਂ ਆ ਜੀ ਸਿੱਖਾਂ ਦਾ ਮਸਲਾ ਹੀ ਕੋਈ ਨਹੀਂ ਸਿੱਖਾਂ ਦਾ ਮਸਲਾ ਤੇ ਉਹ ਠੱਠੇ ਕੋਚਾਂ ਨੇ ਡਡੂ ਵਾਲੀ ਗੱਲ ਹੈ ਮੇਰੇ ਖਿਆਲ ਜੋ ਮੇਰੀ ਸੋਚ ਹੈ ਉਹ ਤਾਂ ਮਸਲਾ ਹੀ ਕੋਈ ਨਹੀਂ ਸਿੱਖਾਂ ਦਾ ਕਿ ਸਿੱਖ ਤੇ ਹੈ ਹੀ ਨਹੀਂ ਅਸੀਂ ਅੱਜ ਅੱਜ ਤਾਂ ਸਿਰਫ ਜੇ ਕਬਜ਼ਾ داری ਗੁਰਦਰਾ ਦੇ ਕਬਜ਼ਾ ਕਰ ਲਿਆ ਕਿਸੇ ਨੂੰ ਗਾਲਾਂ ਕੱਢ ਲੀਆਂ ਤੇ ਢਿੰਗੇ ਨੂੰ ਕਰ ਲੀਆਂ ਡਾਂਸ ਉੱਤੇ ਚੱਕ ਲਏ ਹੁਣ ਤੁਸੀਂ ਦੇਖ ਲਓ ਕਿੰਨਾ ਜਿਹੜਾ ਤੁਸੀਂ ਕਲਿੱਪ ਦਿਖਾ ਰਹੇ ਹੋ ਕਿੰਨੇ ਬੰਦੇ ਖੜੇ ਆ ਉੱਥੇ ਇੰਨੇ ਕੁ ਬੰਦੇ ਨਾਲ ਕੀ ਮਾਜੂਗਾ ਜੀ 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 ਓੜੀਆਂ ਸੁੜੀਆਂ ਗੱਲਾਂ ਕਰ ਗਏ ਨੇ ਉਹ ਵੈਸੇ ਇਸ ਗੱਲ ਤੇ ਆਪਾਂ ਟੌਪਿਕ ਤੇ ਗੱਲ ਕਰਨੀ ਚਾਹੀਦੀ ਕਿਉਂਕਿ ਤੇਜਿੰਦਰ ਸਿੰਘ ਤੁਹਾਨੂੰ ਬੜ ਇੱਕ ਕੁਝ ਲੋਕਾਂ ਦੀ ਨਾ ਕੁਝ ਲੋਕ ਜਿਹੜੇ ਹੈਗੇ ਨੇ ਉਹਨਾਂ ਦੀ ਰੋਟੀ ਟੋਰੀ ਫਲਕਾ ਚੱਲਿਆ ਹੋਇਆ ਜਿੱਤੇ ਹਮ ਹਮ ਔਰ ਇਹਦੇ ਚ ਨਿਕਲਣਾ ਪਉਣਾ ਕੁਝ ਨਹੀਂ ਹੈ ਇੱਕ ਪਤਾ ਕੀ ਹੁੰਦਾ ਹਰਕੀਰ ਜੀ ਤੁਸੀਂ ਕੋਈ ਵੀ ਗੱਲ ਕਰਦੇ ਹੋ ਨਾ ਕੋਈ ਵੀ ਕੰਮ ਕਰਦੇ ਹੈਗੇ ਤੁਸੀਂ ਟੇਬਲ ਟਾਕ ਕਰਕੇ ਤੁਸੀਂ ਕਹੋ ਜਿਹੜੀ ਹੈ ਮਸਲਾ ਸੋਲਵ ਕਰ ਸਕਦੇ ਆ ਰਾਈਟ ਤੁਸੀਂ ਰੋਲਾ ਪਾ ਕੇ ਨਹੀਂ ਕਰ ਸਕਦੇ ਤੁਸੀਂ ਬਾਹਰ ਕਢਿਓ ਅਗਲੇ ਦੇ ਪੁਲਿਸ ਲੱਗੀ ਹੋਈ ਹੈ ਆਲੇ ਦੁਆਲੇ ਸਿਕਿਉਰਿਟੀ ਹੈਗੀ ਔਰ ਤੁਸੀਂ ਬਾਹਰ ਜੇ ਬਾਕੀ ਗੱਲ ਨੂੰ ਖਤਮ ਕਰਨਾ ਹੈ ਜੇ ਬਾਕੀ ਆਪਾਂ ਕੁਝ ਇੰਪਲੀਮੈਂਟ ਕਰਨਾ ਹੈ ਤਾਂ ਟੇਬਲ ਟॉक ਕਰਨੀ ਪੈਣੀ ਹੈ ਆਈ ਥਿੰਕ ਸਿਰਫ ਸਿਰਫ ਟੇਬਲ ਟਾਕ ਸਿਰਫ ਟੇਬਲ ਟਾਕ ਔਰ ਅੱਜ ਜੇ ਕੋਈ ਇਹ ਨਵਾਂ ਸੋਚਦੇ ਵੀ ਨੇ ਕੁਝ ਕਰਦਾ ਜੇ ਕੋਈ ਕਹਿੰਦੇ ਨੇ ਕਿ ਫਲਾਣਾ ਹੋਜੂ ਢਮਕਾ ਹੋਜੂ ਤਾਂ ਹਰ ਕੀਰਤ ਜੀ ਇਹਨਾਂ ਨੇ ਕਰਨਾ ਕੀ ਉੱਥੇ ਕਰਕੇ ਪੰਜਾਬ ਦੀ ਧਰਤੀ ਤੋਂ ਤੁਹਾਡੀ ਬੰਜਰ ਹੋ ਗਈ ਜੀ 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 ਆਡੀਓ ਤੇ ਰੋਟੀ ਖਾਣ ਨੂੰ ਕੋਈ ਨਹੀਂ ਇੱਥੇ ਜਿਹੜੇ ਬੰਦੇ ਨੇ ਜਿਹੜੇ ਸਾਡੇ ਵਰਗੇ ਲੋਕ 15 15 20 20 ਸਾਲ ਟਕੇ ਖਾ ਗਏ ਅਸੀਂ ਅਸੀਂ ਲੋਕ ਉਥੇ ਜਾਣੇ ਪਏ ਕਿਤੇ ਰਾਈਟ 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 ਇਹ ਇਹ ਸਾਰੇ ਸਿਰਕੇ ਪਰੋਟੀ ਤੋਰੀ ਫੁਲਕਾ ਤੋਰੇ ਨੇ ਆਪਣਾ ਹੋਰ ਕੋਈ ਗੱਲ ਨਹੀਂ ਹੈ ਬੜੀਆਂ ਸੁਣੀਆਂ ਤੁਹਾਨੂੰ ਗੱਲਾਂ ਜੀਵਨ ਸਿੰਘ ਮੈਂ ਐਪਰੀਸ਼ੀਏਟ ਕਰਦਾ ਉਹਦੀ ਸਾਰੀ ਗੱਲ ਸੌਂਦੇ ਆ ਗਏ ਨੇ ਤਾਂ ਮੈਂ ਉਹਨੂੰ ਅਪਰੀਸ਼ੀਏਟ ਕਰਦਾ ਹਾਂ ਕਿ ਇੰਨੇ ਇੰਨੇ ਸੋਝੇ ਵਿਚਾਰ ਉਹ ਬੰਦਾ ਦੇ ਗਿਆ ਕਿ ਉਸ ਤੋਂ ਬਾਅਦ ਮੇਰੇ ਖਿਆਲ 'ਚ ਸਾਡੇ ਵਿਚਾਰ ਵੀ ਐਵੇਂ ਜਿਵੇਂ ਰਕਦੇ ਪਰ ਫਿਰ ਵੀ ਇਹ ਇਹ ਐਵੇਂ ਇਹਨੇ ਗੱਲਾਂ ਕੀਤੀ ਚ ਨਹੀਂ ਤੁਸੀਂ ਇਹ ਇਹ ਜੜੀਆਂ ਨੇ ਨਾ ਇਹ ਬਾਕੀ ਇਹ ਸ਼ੋਅ ਹੋ ਰਿਹਾ ਤੇ ਸ਼ੋਅ ਵੇਖਣ ਜਾ ਰਿਹਾ ਉਹ ਲੋਕਾਂ ਦੀਆਂ ਢੀੜਾਂ ਇਕੱਠੀਆਂ ਕਰ ਦਿੰਗੇ ਉੱਤੇ ਖਰਚਾ ਹੋ ਜਾਊਗਾ ਠੀਕ ਹੈ ਮਿਹਰਬਾਨੀ ਤੁਹਾਡੀ ਤੇ ਕਾਫੀ ਸਾਰੇ ਕਾਲਰਸ ਮੇ ਨਾਲ ਹੋਰ ਵੀ ਜੁੜੇ ਹੋਏ ਸੀ ਕਿ ਲੇਕਿਨ ਉਹਨਾਂ ਤਮਾਮ ਕਾਲਰਸ ਦੇ ਮੈਂ ਕਾਲਸ ਨੂੰ ਨਹੀਂ ਲੈ ਸਕਦਾ ਕਿਉਂਕਿ ਸਾਨੂੰ ਸਮਾਂ ਇੱਥੇ ਹੀ ਰੋਕ ਰਿਹਾ ਹੈ ਤੁਸੀਂ ਮੈਨੂੰ ਈਮੇਲ ਰਾਹੀਂ ਆਪਣੇ ਸੁਨੇਹੇ ਭੇਜ ਸਕਦੇ ਹੋ harkeerat@jassbroadcasting.com info@jassbroadcasting.com ਦੇ ਉੱਤੇ ਤੇ ਫਿਲਹਾਲ ਮੈਂ ਇਸ ਖਬਰ ਦੇ ਉੱਤੇ ਤੁਹਾਨੂੰ ਜਾਣਕਾਰੀ ਦਿੰਦਾ ਰਾਵਾਂਗਾ 24 ਫਰਵਰੀ ਨੂੰ ਨਰਿੰਦਰ ਮੋਦੀ ਦੇ ਕੋਲ ਪਹੁੰਚ ਰਹੇ ਨੇ ਬਕਾਇਦਾ ਜਿਹੜੇ ਸਪੈਸ਼ਲ ਟੀਮ ਹੈਗੀ ਹੈ ਜਿਹੜੀਆਂ ਸੀਕ੍ਰਟ ਏਜੰਸੀਆਂ ਨੇ ਉਹ ਭਾਰਤ ਪਹੁੰਚ ਚੁੱਕੀਆਂ ਹਨ ਉਹ ਉੱਥੇ ਲੈਂਡ ਹੋ ਚੁੱਕੀਆਂ ਹਨ ਤੇ ਜਾਇਜ਼ਾ ਲਿੱਤਾ ਜਾ ਰਿਹਾ ਹੈ ਸਿਕਿਉਰਿਟੀ ਦੇ ਪੁਖਤਾ ਇੰਤਜ਼ਾਮ ਜਿਹੜੇ ਨੇ ਬਕਾਇਦਾ ਡੋਨਲਡ 트ੰਪ ਦੇ ਲਈ ਕਿਤੇ ਜਾ ਰਹੇ ਹਨ ਔਰ ਤਾਜ ਮਹਿਲ ਵੀ ਉਹ ਫਰਸਟ ਲੇਡੀ ਦੇ ਨਾਲ ਜਾਣਗੇ ਔਰ ਵੇਖਣਾ ਹੋਏਗਾ ਕਿ ਕੀ ਕੁਝ ਨਜ਼ਾਰਾ ਹੁਣ ਮਿਲਦਾ ਹੈ ਜਾਂ ਫਿਰ ਡੋਨਲਡ 트ੰਪ ਕੀ ਕੁਝ ਪ੍ਰਤੀਕਰਮ ਲੈ ਕੇ ਵਾਪਸ ਅਮਰੀਕਾ ਪਹੁੰਚਦੇ ਹਨ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਦਵੋ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ